ਬਹੁਤ ਹੀ ਸਤਿਕਾਰਯੋਗ ਸਾਥੀਓ, ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਣ, ਉਹ ਪੰਜਾਬ ਦੀਆਂ ਸਮੱਸਿਆਵਾਂ ਲਈ ਹਮੇਸ਼ਾ ਹੀ ਫਿਕਰਮੰਦ ਰਹਿੰਦੇ ਹਨ। ਇਹਨਾਂ ਸਮੱਸਿਆਵਾਂ ਦੇ ਵਿੱਚੋਂ ਇੱਕ ਮੁੱਖ ਸਮੱਸਿਆ ਖੇਤੀਬਾੜੀ ਦਾ ਸੰਕਟ ਹੈ, ਜੋ ਪੂਰੇ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤਾਣੇ ਬਾਣੇ ਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦਾ ਹੈ। ਖੇਤੀਬਾੜੀ ਦੇ ਸੰਕਟ ਉੱਪਰ ਵਿਚਾਰ ਚਰਚਾ ਕਰਨ ਲਈ ਪਿਛਲੇ ਦਿਨੀ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਬੇਕਰਸਫੀਲਡ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਮੁੱਖ ਪ੍ਰਬੰਧਕ ਭਾਜੀ ਧੀ ਦੋਗਲ ਸਨ, ਜਿਨ੍ਹਾਂ ਨੇ ਪਹਿਲਾਂ ਵੀ ਇੱਥੇ ਵਰਲਡ ਪੰਜਾਬੀ ਸਕਾਲਰਸ ਕਾਨਫਰੰਸ ਕਰਵਾਈ ਸੀ, ਜਿਸ ਦੇ ਵਿੱਚ ਦੁਨੀਆ ਦੇ ਪ੍ਰਸਿੱਧ ਪੰਜਾਬੀ ਬੁੱਧੀਜੀਵੀਆਂ ਨੇ ਹਿੱਸਾ ਲਿਆ ਸੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਸਨ। ਉਸੇ ਲੜੀ ਨੂੰ ਹੀ ਅੱਗੇ ਤੋਰਦਿਆਂ ਖੇਤੀਬਾੜੀ ਸੰਕਟ ਉੱਪਰ ਗੱਲਬਾਤ ਕਰਨ ਦੇ ਲਈ ਇੱਕ ਸੈਮੀਨਾਰ ਹੁਣ ਕਰਵਾਇਆ ਗਿਆ, ਜਿਸ ਦੇ ਵਿੱਚ ਉੱਘੇ ਅਰਥਸ਼ਾਸਤਰੀ ਡਾਕਟਰ ਸੁਖਪਾਲ, ਜਿਹੜੇ ਕਿ ਅੱਜ ਕੱਲ੍ਹ ਪੰਜਾਬ ਸਰਕਾਰ ਵਿੱਚ ਪੰਜਾਬ ਸਟੇਟ ਫਾਰਮਰ ਐਂਡ ਫਾਰਮ ਵਰਕਰਸ ਕਮਿਸ਼ਨ ਦੇ ਚੇਅਰਮੈਨ ਵੀ ਹਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਿਪਾਰਟਮੈਂਟ ਆਫ ਇਕਨੋਮਿਕਸ ਐਂਡ ਸੋਸ਼ੋਲੋਜੀ ਦੇ ਸਾਬਕਾ ਮੁਖੀ ਵੀ ਰਹੇ ਹਨ, ਉਹਨਾਂ ਨੇ ਆਪਣੇ ਵਿਚਾਰ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਡਾਕਟਰ ਸੁਖਪਾਲ ਜੀ ਨੇ ਖੇਤੀਬਾੜੀ ਸੰਕਟ ਉੱਪਰ ਬਹੁਤ ਹੀ ਕੀਮਤੀ ਵਿਚਾਰ ਜੋ ਇਸ ਸੈਮੀਨਾਰ ਦੇ ਵਿੱਚ ਸਾਂਝੇ ਕੀਤੇ, ਅਸੀਂ ਉਹਨਾਂ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰੋਗੇ। ਅਸੀਂ ਸੁਣਦੇ ਹਾਂ ਡਾਕਟਰ ਸੁਖਪਾਲ ਜੀ ਦੇ ਵਿਚਾਰ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਹਰ ਇੱਕ ਸਾਡੇ ਗੈਸਟ ਦਾ, ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਮੈਂ ਧੰਨਵਾਦੀ ਹਾਂ ਸਭ ਤੋਂ ਪਹਿਲਾਂ। ਅਤੇ ਮੈਂ ਆਪਣੀ ਗੱਲ ਦੋ ਢੰਗ ਨਾਲ ਸ਼ੁਰੂ ਕਰੂੰਗਾ। ਆਉਣ ਤੋਂ ਪਹਿਲਾਂ ਮੀਟ ਐਂਡ ਗ੍ਰੀਟ ਦੇ ਦੁਆਰਾ ਦੌਰਾਨ ਕੁਛ ਗੱਲਾਂ ਹੋਈਆਂ ਕਿ ਵਟ ਸ਼ੁੱਡ ਵੀ ਦੇਆ ਐਂਡ ਸਾਨੂੰ ਐਗਰੀਕਲਚਰ ਪੋਲਿਸੀ ਕਿਹੋ ਜਿਹੀ ਫਰੇਮ ਕਰਨੀ ਚਾਹੀਦੀ ਹੈ, ਵਟ ਟਾਈਪ ਆਫ ਪੋਲਿਸੀ ਸ਼ੁੱਡ ਵੀ ਦੇਆ ਸੋ ਦੈਟ ਜਿਹੜਾ ਪੰਜਾਬ ਸਟੇਟ ਫਾਰਮ ਐਂਡ ਫਾਰਮ ਵਰਕਰ ਕਮਿਸ਼ਨ ਹੈ ਇਹ ਕੀ ਹੈ, ਸਾਨੂੰ ਡਿਊਟੀ ਕੀ ਮਿਲੀ ਹੈ ਅਤੇ ਉਹਦੇ ਵਿੱਚ ਜਿਹੜੇ ਇੱਥੇ ਬੈਠੇ ਸਾਰੇ ਵੱਡੀਆਂ ਸ਼ਖਸੀਅਤਾਂ ਨੇ ਉਹ ਕੀ ਰੋਲ ਅਦਾ ਕਰ ਸਕਦੇ ਹਨ। ਸੋ ਇਸ ਸੰਦਰਭ ਦੇ ਵਿੱਚ ਮੈਂ ਆਪਣੀ ਗੱਲ ਰੱਖੂੰਗਾ। ਸਭ ਤੋਂ ਪਹਿਲਾਂ ਕਿ ਪੰਜਾਬ ਸਟੇਟ ਫਾਰਮਰ ਐਂਡ ਫਾਰਮ ਵਰਕਰ ਕਮਿਸ਼ਨ ਹੈ ਕੀ ਹੈ। ਪੰਜਾਬ ਦੇ ਵਿੱਚ ਇਹ 2005 ਦੇ ਵਿੱਚ ਸ਼ੁਰੂ ਕੀਤਾ ਸੀਗਾ, 2005 ਦੇ ਵਿੱਚ ਉਦੋਂ ਇਹਦਾ ਨਾਂ ਸੀਗਾ ਪੰਜਾਬ ਸਟੇਟ ਫਾਰਮਰ ਕਮਿਸ਼ਨ। ਪੰਜਾਬ ਸਟੇਟ ਫਾਰਮਰ ਕਮਿਸ਼ਨ ਤੋਂ ਬਾਅਦ ਇਹਦਾ ਨਾਂ ਥੋੜ੍ਹਾ ਚੇਂਜ ਕਰਕੇ ਬਣਾਤਾ ਪੰਜਾਬ ਸਟੇਟ ਫਾਰਮਰ ਐਂਡ ਫਾਰਮ ਵਰਕਰ ਕਮਿਸ਼ਨ, ਫਾਰਮ ਵਰਕਰ ਵੀ ਇਹਦੇ ਵਿੱਚ ਜੁੜ ਗਏ। ਇੰਡੀਆ ਦੇ ਕੁਝ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦਾ ਕਮਿਸ਼ਨ ਹੈਗਾ ਪਰ ਪੰਜਾਬ ਦਾ ਇੱਕੋ ਕਮਿਸ਼ਨ ਇਹੋ ਜਿਹਾ ਜਿਹੜਾ ਕੰਸਟੀਟਿਊਸ਼ਨਲ ਬੋਡੀ ਹੈ, ਜਿਹੜਾ ਕਿਸੇ ਐਕਟ ਦੇ ਹਿਸਾਬ ਦੇ ਨਾਲ ਬਣਿਆ ਹੋਇਆ। ਤਾਂ ਜਦੋਂ ਕੋਈ ਕੰਸਟੀਟਿਊਸ਼ਨਲ ਬੋਡੀ ਹੁੰਦੀ ਹੈ ਉਹਦੀ ਸਮਰੱਥਾ ਬਾਕੀਆਂ ਨੂੰ ਥੋੜ੍ਹੀ ਜਿਹੀ ਵੱਧ ਜਾਂਦੀ ਹੈ ਕੁਛ ਆਪਣੀਆਂ ਚੀਜ਼ਾਂ ਕਰਨ ਦੀ। ਅਤੇ ਕਮਿਸ਼ਨ ਦਾ ਜਿਹੜਾ ਮੇਨ ਮੈਂਡੇਟ ਹੈ ਉਹਦੇ ਵਿੱਚ ਜੇ ਇੱਕ ਲਾਈਨ ਦੇ ਵਿੱਚ ਕਹਿਣਾ ਤਾਂ ਉਹ ਹੈ ਕਿ ਸਟੇਟ ਨੂੰ ਕਿਹੋ ਜਿਹੀ ਪੋਲਿਸੀ, ਐਗਰੀਕਲਚਰ ਪੋਲਿਸੀ ਬਣਾ ਕੇ ਦੇਵੇ ਜਿਹਦੇ ਨਾਲ ਉਹ ਸਸਟੇਨੇਬਲ ਜਿਹੜੀ ਫਾਰਮਿੰਗ ਹੋਵੇ, ਉਹ ਇਨਵਾਇਰਮੈਂਟ ਫਰੈਂਡਲੀ ਹੋਵੇ, ਉਹ ਪ੍ਰੋਫਿਟੇਬਲ ਫਾਰਮਿੰਗ ਹੈ ਜਿਹੜੀ ਉਹ ਕਰੇ, ਉਹ ਹੈਲਦੀ ਪੋਲਿਸੀ ਬਣਾਵੇ ਇਕਨੋਮਿਕ ਪੱਖੋਂ ਵੀ, ਇਕੋਨਮੀ ਦੇ ਪੱਖੋਂ ਵੀ, ਮਾਰਕੀਟ ਪੱਖੋਂ ਵੀ ਅਤੇ ਇਨਵਾਇਰਮੈਂਟ ਪੱਖੋਂ ਵੀ। ਤਾਂ ਕਿਹੋ ਜਿਹੀਆਂ ਪੋਲਿਸੀਆਂ, ਕਿਹੋ ਜਿਹਾ ਰੈਗੂਲੇਸ਼ਨ ਸਟੇਟ ਦੇ ਵਿੱਚ ਹੋ ਸਕਦੇ ਨੇ, ਉਹ ਸਾਰੀ ਇਨਪੁੱਟ ਚੇਨ ਨੂੰ ਅਤੇ ਸਾਰੀ ਸਪਲਾਈ ਜਿਹੜੀ ਆਉਟਪੁੱਟ ਚੇਨ ਹੈ ਉਹਨੂੰ ਬਣਾਉਣ ਦੇ ਵਾਸਤੇ। ਸੋ ਉਸ ਦੇ ਵਿੱਚੋਂ ਜਦੋਂ 2005 ਦੇ ਵਿੱਚ ਕਮਿਸ਼ਨ ਬਣਦਾ ਹੈ ਤਾਂ ਉਦੋਂ ਵੀ ਕਿਉਂਕਿ ਕਮਿਸ਼ਨ ਦਾ ਓਬਜੈਕਟਿਵ ਤਾਂ ਸੇਮ ਹੀ ਹੈ, ਤਾਂ 2013 ਦੇ ਵਿੱਚ ਇੱਕ ਪੋਲਿਸੀ, 2013 ਦੇ ਵਿੱਚ ਇੱਕ ਪੋਲਿਸੀ ਦਾ ਡਰਾਫਟ ਬਣਿਆ
ਜਿਹੜਾ ਡਰਾਫਟ ਦੇ ਰੂਪ ਦੇ ਵਿੱਚ ਪਿਆ। ਫਿਰ ਦੁਬਾਰਾ ਕੋਸ਼ਿਸ਼ਾਂ ਹੋਈਆਂ, ਇੱਕ ਡਰਾਫਟ ਹੋਰ ਬਣਿਆ 2018 ਦੇ ਵਿੱਚ, ਉਹ ਵੀ ਡਰਾਫਟ ਦੇ ਰੂਪ ਦੇ ਵਿੱਚ ਹੀ ਪਿਆ। ਪੋਲਸੀ ਦੇ ਦੋ ਡਰਾਫਟ ਬਣੇ, ਦੋਨੇ ਜਿਹੜੇ ਸਾਡੇ ਪੰਜਾਬ ਵਿਧਾਨ ਸਭਾ ਹੈ ਉਹਨੇ ਉਹਨੂੰ ਪਾਸ ਨਹੀਂ ਕੀਤਾ, ਉੱਥੋਂ ਦੇ ਨਹੀਂ ਲੱਗੇ। ਤਾਂ ਦੋ ਡਰਾਫਟ ਬਣਾਉਣ ਤੋਂ ਬਾਅਦ ਫਿਰ ਚਲੋ ਸਰਕਾਰ ਹੈ ਜਿਹੜੀ ਹੁਣ ਜਿਹੜੀ ਨਵੀਂ ਉਹ ਸਾਡੇ ਕੋਲ ਆ ਗਈ, ਇਹਨੂੰ ਬਹੁਤ ਵੱਡਾ ਮੈਂਡੇਟ ਪੰਜਾਬ ਦੇ ਲੋਕਾਂ ਨੇ ਅਤੇ ਬਾਹਰੋਂ ਬੈਠੇ ਜਿਹੜੇ ਸਾਡੇ ਸਾਰੇ ਪੰਜਾਬੀ ਉਹਨਾਂ ਨੇ ਦਿੱਤਾ। ਬਹੁਤ ਵੱਡੀ ਜਿੱਤ ਲੈ ਕੇ ਜਿਹੜੀ ਸਰਕਾਰ ਆਈ ਹੈ, ਜਿਹੜਾ ਹਿਸਟੋਰਿਕ ਹੈ। ਉਸ ਤੋਂ ਬਾਅਦ ਸਾਨੂੰ ਇਹ ਰਿਸਪੋਂਸੀਬਿਲਟੀ ਦਿੱਤੀ ਗਈ ਕਿ ਤੁਸੀਂ ਪੋਲਸੀ ਬਣਾਓ। ਤਾਂ ਉਸ ਪੋਲਸੀ ਦੇ ਵਿੱਚ ਅਸੀਂ ਕੁਛ ਡਿਸਕਸ਼ਨਾਂ ਸ਼ੁਰੂ ਕੀਤੀਆਂ। ਇੱਕ ਕਿਸਾਨ ਵਿੰਗ ਹੈ ਜਿਹੜਾ, ਉਹ ਪਹਿਲਾਂ ਹੀ ਕਰ ਰਿਹਾ ਸੀ ਇਸ ਉੱਤੇ ਕਿ ਉਹ ਕਹਿੰਦਾ ਕਿ ਖੇਤੀ ਮਾਡਲ ਬਦਲੋ। ਅਸੀਂ ਉਸ ਕਿਸਾਨ ਔਰਗੇਨਾਈਜੇਸ਼ਨ ਨੂੰ ਬੁਲਾ ਕੇ, ਸਰਕਾਰ ਦੇ ਨੁਮਾਇੰਦੇ ਵੀ ਸੀਗੇ ਉਹਦੇ ਵਿੱਚ, ਕਿਸਾਨ ਵੀ ਸੀਗੇ, ਹੋਰ ਮਹਿਕਮੇ ਤੋਂ ਟਰੈਕਟਰ ਐਗਰੀਕਲਚਰ ਤੋਂ ਬੰਦੇ ਸੀਗੇ, ਅਸੀਂ ਉਹਦੀ ਜਿਹੜੀ ਉੱਥੇ ਡਿਸਕਸ਼ਨ ਕੀਤੀ ਕਿ ਕਿਵੇਂ ਖੇਤੀ ਮਾਡਲ ਆ ਜਿਹੜਾ ਕਿਹੋ ਜਿਹਾ ਹੋਣਾ ਚਾਹੀਦਾ। ਇਹ ਚੀਜ਼ਾਂ ਹੋਣ ਤੋਂ ਬਾਅਦ ਅਸੀਂ ਬਹੁਤ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਜਿਹੜਾ ਬਣਾ ਰਹੇ ਹਾਂ, ਸਰਕਾਰ ਕਮੇਟੀ ਵੀ ਬਣਾਉਣ ਜਾ ਰਹੀ ਹੈ ਕਿ ਜਿਹੜਾ ਇਹ ਸਾਰਾ ਪੋਲਸੀ ਨੂੰ ਤਿਆਰ ਕਰੇ। ਤਾਂ ਪੋਲਸੀ ਦੇ ਵਿੱਚ ਹੋਣਾ ਕੀ ਚਾਹੀਦਾ, ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਹੈ। ਹੋਣਾ ਕੀ ਚਾਹੀਦਾ ਕਿ ਪਹਿਲਾਂ ਸਾਨੂੰ ਇਹ ਦੇਖਣਾ ਪਊ ਕਿ ਆਲਰੇਡੀ ਪ੍ਰੋਬਲਮਾਂ ਕੀ ਉੱਥੇ ਹੈਗੀਆਂ ਪੰਜਾਬ ਦੇ ਵਿੱਚ। ਕੁਛ ਦੋਸਤ ਅਸੀਂ ਖੜ੍ਹੇ ਗੱਲਾਂ ਕਰ ਰਹੇ ਸੀਗੇ ਕਿ ਇੰਡੀਆ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਉਹਦੇ ਵਿੱਚ ਪੰਜਾਬ ਵੀ ਖੇਤੀਬਾੜੀ ਸੂਬਾ ਹੈ। ਇੰਡੀਆ ਦੀ ਵੱਡੀ ਗਿਣਤੀ ਹਾਲੇ ਵੀ ਖੇਤੀ ਵਿੱਚ ਲੱਗੀ ਹੋਈ ਹੈ, ਪੰਜਾਬ ਦੀ ਵੀ ਵੱਡੀ ਗਿਣਤੀ ਹਾਲੇ ਖੇਤੀ ਵਿੱਚ ਲੱਗੀ ਹੈ। 55% ਲੋਕ ਨੇ ਜਿਹੜੇ ਹਾਲੇ ਖੇਤੀ 'ਤੇ ਡਿਪੈਂਡੈਂਟ ਨੇ, ਅਤੇ ਇੰਡੀਆ ਦੇ ਵਿੱਚ ਇਹ 10% ਹੋਰ ਵੀ ਵੱਧ ਨੇ। ਇੰਡੀਆ ਦਾ ਜਿਹੜਾ ਖੇਤੀ ਦਾ ਜਿਹੜਾ ਆਕਾਰ ਹੈ ਖੇਤ ਦਾ, ਉਹ ਸਿਰਫ 1 ਹੈਕਟੇਅਰ ਹੈ, 2.5 ਕਿੱਲੇ ਹੈ। 2.5 ਏਕੜ ਜ਼ਮੀਨ ਇੰਡੀਆ ਦੇ ਵਿੱਚ ਕਿਸਾਨ ਨੂੰ ਆਉਂਦੀ ਹੈ ਔਸਤਨ, ਜਦੋਂ ਕਿ ਪੰਜਾਬ ਦੇ ਵਿੱਚ ਇਹ ਵੱਡਾ। ਸਾਨੂੰ ਬਹੁਤ ਸਾਰੇ ਫਾਇਦੇ ਵੀ ਨੇ, ਸਾਡੇ ਪੰਜਾਬ ਨੂੰ ਬਹੁਤ ਚੀਜ਼ਾਂ ਵੱਧ ਮਿਲੀਆਂ ਹੋਈਆਂ। ਸਾਡੇ ਪੰਜਾਬ ਦਾ ਅੱਜ ਦਾ ਖੇਤ ਦਾ ਜਿਹੜਾ ਆਕਾਰ ਹੈ, ਪੰਜਾਬ ਦੇ ਵਿੱਚ 50 ਲੱਖ ਹੈਕਟੇਅਰ ਜ਼ਮੀਨ ਹੈ, ਜਦੋਂ 40 ਕੁ ਦੇ ਨੇੜੇ ਖੇਤੀ ਹੁੰਦੀ ਹੈ, 10 ਲੱਖ ਪਰਿਵਾਰ ਖੇਤੀ ਕਰਦਾ, 4 ਹੈਕਟੇਅਰ ਜ਼ਮੀਨ ਹਰੇਕ ਪਰਿਵਾਰ ਨੂੰ ਆਉਂਦੀ ਹੈ ਔਸਤ। 4 ਹੈਕਟੇਅਰ ਤੋਂ ਮਤਲਬ 10 ਏਕੜ ਹੈ। ਇੰਡੀਆ ਦੇ ਵਿੱਚ 1 ਹੈਕਟੇਅਰ ਆਉਂਦੀ ਹੈ, ਸਾਨੂੰ 4 ਹੈਕਟੇਅਰ ਆਉਂਦੀ ਹੈ, 2.5 ਕਿੱਲੇ 10 ਕਿੱਲੇ ਵੱਡਾ ਫਰਕ ਹੈ। ਸਾਡੀ ਜ਼ਮੀਨ ਦੁਨੀਆ ਦੀ ਸਭ ਤੋਂ ਵੱਧ ਫਰਟਾਈਲ ਹੈ ਪੰਜਾਬ ਦੀ। ਪਰ ਯੂਨਿਟ ਏਰੀਆ, ਪਰ ਯੂਨਿਟ ਟਾਈਮ, 1 ਸਾਲ ਦੇ ਵਿੱਚ 1 ਏਕੜ ਦੇ ਵਿੱਚੋਂ ਦੁਨੀਆ 'ਚ ਉਸ ਤੋਂ ਵੱਧ ਦਾਣੇ ਨਹੀਂ ਹੁੰਦੇ ਕਿਤੇ। ਅਤੇ ਅਸੀਂ ਜਿਹੜੀਆਂ 2 ਫਸਲਾਂ ਬੀਜਦੇ ਹਾਂ ਮੇਨ, ਕਣਕ ਅਤੇ ਝੋਨਾ, ਵੱਡੇ ਹਿੱਸੇ 'ਤੇ ਅਸੀਂ 2 ਫਸਲਾਂ ਲੱਗਦੀਆਂ ਨੇ। ਹਾੜੀ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਲਗਭਗ ਕਣਕ ਲੱਗਦੀ ਹੈ, ਸਾਉਣੀ ਦੇ ਵਿੱਚ ਸਾਡੇ ਕੋਲ 2-3 ਫਸਲਾਂ ਨੇ, 1 ਫਸਲ ਸਾਡੇ ਕੋਲ ਜਿਹੜੀ ਝੋਨੇ ਦੀ ਹੈ, ਰਾਈਸ ਦੀ ਹੈ, ਪੈਡੀ ਦੀ ਹੈ, ਦੂਸਰੀ ਫਸਲ ਸਾਡੇ ਕੋਲ ਕਾਟਨ ਹੈ, ਅਤੇ ਉਹਦੇ ਨਾਲ ਥੋੜ੍ਹੇ ਏਰੀਏ ਦੇ ਵਿੱਚ, ਕੰਢੀ ਏਰੀਏ ਦੇ ਵਿੱਚ ਮੱਕੀ ਹੁੰਦੀ ਹੈ, ਬਠਿੰਡਾ ਸਾਈਡ 'ਤੇ ਇਹਨੂੰ ਸਾਊਥ ਵੈਸਟਰਨ ਪੰਜਾਬ ਕਹਿੰਦੇ, ਉੱਥੇ ਕਾਟਨ ਹੁੰਦਾ, ਅਤੇ ਬਾਕੀ ਸੈਂਟਰ ਸਾਰੇ ਪੰਜਾਬ ਦੇ ਵਿੱਚ ਜਿਹੜਾ ਚਾਵਲ ਹੁੰਦਾ। ਤਾਂ ਸਾਡੀ ਚਾਵਲਾਂ ਵੱਡੇ ਵੱਡੇ ਏਰੀਏ ਦੇ ਵਿੱਚ ਚਾਵਲ ਹੀ ਲੱਗਦੇ, ਉੱਧਰੋਂ ਕਣਕ ਲੱਗਦੀ ਹੈ। ਤਾਂ ਇਹ 2 ਕਰੋਪਸ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਸਾਡੀ ਪ੍ਰੋਡਕਸ਼ਨ ਹੈ ਉਹ ਪੂਰਾ ਅਸ਼ਿਓਰਡ ਹੈ, ਜਿਨ੍ਹਾਂ ਦੀ ਪ੍ਰੋਡਕਟੀਵਿਟੀ ਵੀ ਸਾਡੀ ਹਾਇਰ ਹੈ, ਜਿਨ੍ਹਾਂ ਦੀ ਮਾਰਕੀਟ ਵੀ ਸਾਡੀ ਜਿਹੜੀ ਕੋਈ ਰਿਸਕ ਨਹੀਂ, ਨਾ ਪ੍ਰੋਡਕਸ਼ਨ ਦੇ ਵਿੱਚ ਵੱਡਾ ਰਿਸਕ ਹੈ, ਨਾ ਮਾਰਕੀਟ ਦੇ ਵਿੱਚ ਵੱਡਾ ਰਿਸਕ ਹੈ, ਪ੍ਰੋਡਕਸ਼ਨ ਵੀ ਹਾਇਰ ਹੋ ਰਹੀ ਹੈ ਅਤੇ ਅਸੀਂ ਪੈਦਾ ਕਰ ਰਹੇ ਹਾਂ। ਪਰ ਇਹ ਸਾਰੀ ਇੰਨਾ ਕੁਛ ਕਰਨ ਤੋਂ ਬਾਅਦ ਪੰਜਾਬ ਦਾ ਕਿਸਾਨ, ਪਰ ਸਭ ਤੋਂ ਵੱਧ ਫਰਟਾਈਲ ਲੈਂਡ ਹੈ ਸਾਡੇ ਪੰਜਾਬ, ਇੰਡੀਆ ਦੇ ਵਿੱਚੋਂ ਸਾਡੇ ਕੋਲ ਵਧੀਆ ਜ਼ਮੀਨ ਹੈ, ਵੱਧ ਵੀ ਹੈ, ਉੱਥੇ 2 ਫਸਲਾਂ ਨੇ ਜਿਹੜੀਆਂ, ਉਹਦਾ ਪ੍ਰੋਡਕਸ਼ਨ ਵੀ ਸ਼ੋਰ ਹੈ, ਉਹਦਾ ਮਾਰਕੀਟ ਵੀ ਸ਼ੋਰ ਹੈ, ਪ੍ਰੋਡਕਟੀਵਿਟੀ ਵੀ ਹਾਈਐਸਟ ਹੈ, ਅਤੇ ਅਸੀਂ ਪੈਦਾ ਵੱਧ ਕਰਦੇ ਹਾਂ। ਪਰ
ये सारा कुछ करने तो बाद भी पंजाब का किसान कर्जे थले है, सब तो बद कर्जे पंजाब का किसान खेती चो बाहर हो रहा लगातार, पंजाब का किसान कर्जा करके खुदकशियां कर रहे हैं, पंजाब की छोटी किसानी का बड़ी गिनती है जी खेती चो बाहर हुई है। तो ये इकनोमिक हालत है साड़ी, ये नाल दी नाल जिहड़ा एनवायरमेंटल इशू है जिहड़ा धीदो साहब ने जां पहला नाजर सिंह कुंदर होर ने भी रखिया कि साडा एनवायरमेंट भी खराब हो गया। एनवायरमेंट दे विच साडा पानी भी खराब है, साडी हवा भी खराब है, साडी मिट्टी भी खराब है, उस तो बाद साडी सेहत भी खराब है, हैल्थ भी खराब है, हैल्थ दे इशू आ रहे, कैंसर कैंसर ट्रेन चल रही है, कई कुछ हो रहा है ना, साढ़े पल्ले चार पैसे ने ना, साढ़े पल्ले एनवायरमेंट वधी है ना, साढ़े पल्ले सेहत ते साढ़ा सारा कुछ गया। ये तो मतलब की है कि कितने ना कितने कोई प्रॉब्लम है, वो प्रॉब्लम की है कि साढ़े कोल खेती की कोई नीति नहीं, एग्रीकल्चर पॉलिसी है ही नहीं, एडा वड्डा कंट्री है खेती उत्ते निर्भर कंट्री है, ना साढ़े इंडिया कोल ना पंजाब कोल खेती की कोई नीति नहीं, नीति बनाने की लोड़ ही नहीं समझी कद कि चली जाता कम की है खेती वाले कद ही नीति होंगी, मतलब निक्किया निक्किया इंटरवेंशन हो सकती ने। कुछ दोस्त बहुत बड़े सवाल करते मैं शायद उन्होंने देखूंगा कि मैं मतलब जा सकता हूँ, कुछ आइडियोलॉजिकल हैगा कि किहो जी खेती हो उन्होंने असं टच करा, कुछ होर डीप ने वो बकरे ग्रुप ना किए जा सकते, तो असी अज योजी नीति बना चाहते हाँ जी नीति ये सारिया चीज़ा जो अलामत ने तो दूर हो। मैं जिन्ना क मेरी समझ है जिन्ना क मैं ये काम किया हो साइंटिस्ट मैं रहना तो कुछ मैं लगता कि आराम नाल ही बनाई जा सकती है, कोई कोई ऐसी गल नहीं कि नहीं कुछ हो सकता, सानू इस तरह निराश होने की लोड़ नहीं, क्योंकि जिन्हें एन आर आई भरा इतने बैठे ने बाहरले देशों के बैठे ने बहुत सारा फिक्र करते हैं अपने देशों का, अपने उस पिंड अपनिया उस गलिया का जितों आए ने, यार उत्थे की हो रहा है। अज देखो कर्जा किन्ना है, एक लख करोड़ रुपया कर्जा पंजाब की किसानी सर, जो 10 लख किसान से बढ़ते हैं 10 लख एक परिवार सर आ जाता है, औसत आमदन साढ़ी 6 लख है, तो छोटी किसानी है जी 2.5 किलों तो घट वाली जब 5 किले जो बिच पा लीए वो तीजा हिस्सा जो 5 एकड़ तो घट वाले का इन्ने क पैसे भी नहीं बनते कि वो अपने चढ़े कर्जे का ब्याज वापस कर दें। जदों साड़ी आमदन नालों कर्जा 2.5 गुणा हो जाए, साड़ी सालाना आमदन नालों कर्जा 2.5 गुणा हो जाए, उदों असीं उहनूं कह दिंदे कि यह परिवार हुण बैंकरप्ट हो गया, बैंकरप्सी स्टेज च आ गया, तां चौथा हिस्सा छोटी किसानी का बैंकरप्सी स्टेज चों लग रहा है। इस करके खुदकशियां हो रही ने, पिछले 20 साल के पंजाब के हर रोज़ 2 खुदकशियां होती हैं किसानों दी, 1 मजदूर की, किसान तो मजदूर दोनों खुदकशियां कर रहे हैं। पंजाब किसानों का नंबर है जोड़ा वो 20 लख है, उन्होंने 9300 खुदकशियां की पिछले 19 सालों के, मजदूरों का नंबर 15 लख है, उन्होंने 7300 खुदकशियां की, 16606 खुदकशियां हुई ने पिछले 19 साल के। जे असी 20 लख देखते 9300 कि परसेंट बनती है, जब 7300 15 लख के बराबर है, बिल्कुल उन्ने किसान उन्ने खेत मजदूर मतलब जोड़े रोज़ खुदकशियां कर रहे हैं, 2 किसान 1 खेत मजदूर, यहाँ की प्रपोजन बराबर उन्ने ही कर रहे हैं, उन्ने क्राइसिस के हो है, कर्जा किसानों से ज़्यादा है, मजदूरों सिर घट है, पर उन्होंने आमदन घट है, उन्होंने कोई उधार नहीं दिता, इस करके मतलब आरटीजन का जो काम से वह खत्म हो गया। साढ़े को लैंड की फर्टैलिटी इन्नी वधी है, साडा फार्मर है जो इनोवेटिव है, सारी दुनिया चो असी मानते हैं कि वह जो इनोवेशन जी है पंजाबी फार्मर को,
एक गल मैं नहीं कहता कि पंजाब करके नहीं कहता, यह 1925 च डारलिंग की किताब तुम पढ़ो, ML डारलिंग अपनी किताब के भी यह गल नोट करता है भी पंजाब का किसान। और हैरानी की गल है कि वो वीमेन जो जो कला फार्मर नहीं कहना कि फार्मर के जी घर वाली वीमेन औरतों ने जड़िया वो भी बहुत इनोवेटिव ने, मतलब ये उन्होंने ML डारलिंग 1925 के उन्होंने किताब है पंजाब पीजेंट्री इन प्रोस्पैरिटी एंड डेट, उस किताब के मतलब ये नोट करते हैं कि पंजाब का किसान पंजाब के किसानों औरतों अपने काम के बहुत माहिर ने और ये इनोवेटिव ने, कुछ नव भी करते हैं। तो साढ़े को इस इन चीज़ा होने तो बाद जिथे भी असी जाने उ चीज़ा मतलब क्रिएट करते हैं, तो सानू फिर भी साड़ा जो यूथ है जो सब तो बड़ी समस्या है पंजाब नौजवानों की यूथ की टू प्रॉब्लम्स आर बेसिकली मेन प्रॉब्लम होती पंजाब इकोनॉमी पंजाब एग्रीकल्चर। वन इज इंप्लायमेंट, इंप्लायमेंट है जी बहुत बड़ी मतलब जी है वह साड़ी बड़ा चैलेंज है, क्यों खेती दे विच कोई कम नहीं, एक एकड़ झोने के 20 दिन का कम है, पूरे 6 महीने 5 महीने के दो फसल होंगे ने 206 है साड़ी क्रॉपिंग इंडस्ट्री, कणक दे विच एक एकड़ दे विच 8 दिन 64 घंटे का कम है, कणक दे विच एक एकड़ दे विच 8 दिन का कम है, झोने दे विच 20 दिन का कम है, 28 दिन का कम है एक एकड़ दे विच। जे साडे कोल मतलब 4 एकड़ जमीन है दो बंदे कम करते हैं तां तुहाडे कोल 2 महीने का कम बनता साल दे विच, तां तुसीं देखो जे तुसीं कम 2 महीने करना है क्योंकि बाकी कम ने जिहड़े मशीनरी नहीं ले रहे, मशीन अपना पार्ट जो तो असं कैपीटल लाने तो कैपीटल का शेयर है जो कैपीटल में चला जाता है, लैंड का शेयर लैंड में चला जाता है, साढ़े को रह जाता असं लेबर कि इनपुट पाने लेबर बहुत घट गई, खेती दे विच कम नहीं मिल रहा, खेती दे विच कम नहीं मिल रहा, तो इंडस्ट्री दे विच भी कम नहीं मिल रहा, पिछले जो 10-15 साल के साढ़े को बहुत सारिया इंडस्ट्रियां जिहड़ियां बंद हो गई, जिन्नी रिपोर्ट साढ़े को 2015 तक आई है हर रोज़ पंजाब दे विच 6 इंडस्ट्रियल यूनिट बंद हो जाते हैं, पहली पंजाब दे विच इंडस्ट्री घट है इंडस्ट्री खड़ नहीं रही, 6 यूनिट रोज़ दे बंद होने, 3 बंदे रोज़ दे खुदकुशियां करने, पूरे पंजाब लैवल पर 2000 बंदा हर रोज़ खेती चो बाहर हो जाता है छोटा किसान, तो ये सारा कुछ जिहड़ा है साढ़े को आ रहा है। इस दे विच जो यूथ जिहड़ा उन्हूं कम नहीं मिल रहा, ना तो खेती दे विच कम है, दो बंदे किसानों के 1.5 बंदा मजदूर का है हरेक खेत के उत्ते औसत 3.5 बंद का कम है, पक्के मजदूर हुण है नहीं, उन्होंने दिहाड़ी नहीं मिलती, दिहाड़ी उन्होंने सिर्फ सीजन के मिलती है थोड़े जे दिन, उन्ने के दिन उन्होंने घर नहीं चलता, तो इस चीज़ निकल जे आप भी असी उ घर की गल करते हैं, अभी उत्तर इनवायरमेंट की असी ऑरगैनिक फार्मिंग की गल करते हैं, अभी छोटी खेती की गल करते हैं, हाई वैल्यू क्रॉप्स की गल करते हैं कि इतने ज खेती चो बहर फिर जो दूजा एग्रो इंडस्ट्री का कम है वो लैके, क्योंकि जो असं महीना भर भी देखिए साढ़े को 8 महीने यह जो जो खेती के कोई कम नहीं मिलता, 4 महीनों के यह है कि जो बंदा वेला नहीं होंगे, तो जोड़े 8 महीने साढ़े को वेले ने उन्होंने 8 महीनों के असी कम देने लोगों इस फसल तो कणक नहीं बेचनी वो थोड़ी बहुत प्रोसैसिंग वो वैल्यू एडिशन सिंपल प्रोसैसिंग हो सकती है, जिमें असी घर गल करते कणक तो आटा बनाया जा सकता है सिंपल चीज़ है, बहुत सारे चीज़ों की ग्रेडिंग कर सकते हैं ये भी प्रोसैसिंग है, इन प्राइमरी प्रोसैसिंग कहने कुछ नहीं करते कि बड़े साइज के छोटे साइज के इस तरह के सिंपल झारने लग के कि मतलब चीज़ा सारिया हो सकता हॉर्टीकल्चर तो भी बहुत कुछ हो सकता है, तो इस तरह ही वैल्यूडिशन करनी प्रोसैसिंग करनी फिर ट्रेड करना, ट्रेड के असी फसते हैं कि इंटरनल ट्रेड असी स्टेट कर सकते जो एक्सटरनल नहीं कर सकता, बहुत सारिया साढ़े को इस तरह के इशू ने कि सेंटर गवर्नमेंट तो दी हेल्प कितने कितने चाहती है या स्टेटा की कर सकदियां ने, इंटरनल ट्रेड के सानू सेंट्रल गवर्नमेंट का रोल है जो बहुत इंपोर्टेंट है, एग्रीकल्चर के भी साढ़े को सेंट्रल गवर्नमेंट का रोल इंपोर्टेंट है क्योंकि मिनीम सपोर्ट प्राइस MSP है वो सेंट्रल गवर्नमेंट दी है, तो जो प्रोडक्शन है वो स्टेटा को
MSP ਉਹ ਤਾਂ ਦਿੰਦੀ ਹੈ ਕਿਉਂਕਿ ਫੂਡ ਆ ਜਿਹੜੀ ਫੂਡ ਦੀ ਸਿਕਿਉਰਿਟੀ ਦਾ ਮਸਲਾ ਉਹ ਸੈਂਟਰ ਨਾਲ ਜੁੜਿਆ ਹੋਇਆ ਸੈਂਟਰ ਹੁਣ ਪੰਜਾਬ ਜਿਹੜਾ ਇੰਡੀਆ ਪੂਰਾ ਐਡਾ ਡਾਈਵਰਸ ਕੰਟਰੀ ਆ ਕਿਤੇ ਕੁਛ ਹੁੰਦਾ ਹਿਮਾਚਲ ਦੇ ਵਿੱਚ ਸਬਜ਼ੀਆਂ ਹੁੰਦੀਆਂ ਨੇ ਕੇਰਲਾ ਦੇ ਵਿੱਚ ਡਰਾਈ ਫਰੂਟ ਹੁੰਦਾ ਇਹ ਆਇਲ ਸੀਡ ਹੁੰਦਾ ਕਿਤੇ ਮਤਲਬ ਕਾਟਨ ਹੁੰਦਾ ਰਾਜਸਥਾਨ ਦੇ ਵਿੱਚ ਪੰਜਾਬ ਦੇ ਵਿੱਚ ਫਰਜ਼ ਕਰੋ ਕਣਕ ਝੋਨਾ ਹੁੰਦਾ ਇਹ ਸਾਰਾ ਕੁਛ ਤੁਸੀਂ ਫੂਡ ਦਾ ਪਾਰਟ ਹੈ ਸੈਂਟਰ ਗੌਰਮੈਂਟ ਨੇ ਸਾਰੇ ਲੋਕਾਂ ਨੂੰ ਸਭ ਕੁਛ ਦੇਣਾ ਹੁੰਦਾ ਸਾਨੂੰ ਡਰਾਈ ਫਰੂਟ ਵੀ ਚਾਹੀਦਾ ਸਾਨੂੰ ਸਬਜ਼ੀ ਵੀ ਚਾਹੀਦੀ ਕਿਸੇ ਨੂੰ ਆਇਲ ਸੀਡ ਚਾਹੀਦੀ ਕਿਸੇ ਨੂੰ ਦਾਲਾਂ ਚਾਹੀਦੀਆਂ ਨੇ ਕਿਸੇ ਨੂੰ ਝੋਨਾ ਚਾਹੀਦਾ ਕਿਸੇ ਨੂੰ ਕਾਟਨ ਚਾਹੀਦੀ ਹੈ ਇੱਧਰ ਉੱਧਰ ਪਹੁੰਚਾਉਣ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਖਾਣ ਬਣੀਆਂ ਨੇ ਉਹ ਸੈਂਟਰ ਦੀ ਫੂਡ ਮਿਨਿਸਟਰੀ ਦੇ ਅੰਡਰ ਆਉਂਦਾ ਅਤੇ ਸੈਂਟਰ ਫਿਰ ਸਾਨੂੰ ਉਹ ਖਰੀਦ ਕਰਨ ਦੇ ਲਈ ਚੀਜ਼ਾਂ ਦਿੰਦਾ ਜਿਹਨੂੰ CCL ਕਹਿੰਦੇ ਹਾਂ ਕੈਸ਼ ਕ੍ਰੈਡਿਟ ਲਿਮਿਟ ਦੇ ਦਿੰਦਾ ਕਿ ਤੁਹਾਨੂੰ ਇੰਨਾ 29-30 ਹਜ਼ਾਰ ਕਰੋੜ ਰੁਪਈਆ ਦੇ ਦਿੱਤਾ ਤੁਸੀਂ ਖਰੀਦ ਲਓ ਇਹਦੇ ਵਿੱਚ ਤੁਸੀਂ ਇਹ ਸੋਚਦਾ ਕਿ ਜੇਕਰ ਸੈਂਟਰ ਸਾਨੂੰ ਇਹ ਕਹਿੰਦੇ ਸਟੇਟਾਂ ਨੂੰ ਕਿ ਤੁਹਾਨੂੰ ਆਹ ਪੈਸੇ ਦਿੱਤੇ ਤੁਸੀਂ ਖਰੀਦ ਲਓ ਜੋ ਮਰਜ਼ੀ ਇਹਦੇ ਨਾਲ ਤਾਂ ਸਟੇਟਾਂ ਨੇ ਜੇ ਉਹਨਾਂ ਕੋਲ ਰਿਸੋਰਸ ਦੀ ਕਮੀ ਹੈ ਤਾਂ ਉਸ ਪੈਸੇ ਨਾਲ ਉਹ ਥੋੜ੍ਹੀਆਂ ਬਹੁਤੀਆਂ ਹੋਰ ਚੀਜ਼ਾਂ ਦੀ ਜਿਹੜੀ ਖਰੀਦ ਕਰ ਸਕਦੇ ਜਿਵੇਂ ਇਸ ਵਾਰੀ ਜਿਹੜੀ ਮੂੰਗੀ ਦੇ ਵਿੱਚ ਕੁਛ ਖਰੀਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੇਕਰ ਅਸੀਂ ਕਰੋਪ ਦੀ ਡਿਵਰਸੀਫਿਕੇਸ਼ਨ ਕਰਨੀ ਹੈ ਖਾਸ ਕਰਕੇ ਸਾਉਣੀ ਦੇ ਵਿੱਚ ਖਰੀਫ ਸੀਜ਼ਨ ਦੇ ਵਿੱਚ ਪੈਡੀ ਨੂੰ ਜੇਕਰ ਹਟਾਉਣਾ ਕਣਕ ਦੀ ਹਾਲੇ ਵੱਡੀ ਪ੍ਰੋਬਲਮ ਨਹੀਂ ਉਹਦੇ ਨਾਲ ਪਾਣੀ ਵੀ ਜੁੜਿਆ ਹੈ ਇਨਵਾਇਰਮੈਂਟ ਵੀ ਜੁੜਿਆ ਹੈ ਜੇ ਅਸੀਂ ਝੋਨਾ ਥੋੜ੍ਹਾ ਸ਼ਿਫਟ ਕਰ ਦਈਏ ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਉੱਥੇ ਪੈਦਾ ਕਰ ਸਕਦੇ ਤਾਂ ਉਹ ਖਰੀਦ ਕਰ ਲਈਏ ਅਤੇ ਉਹਨਾਂ ਦੀ ਪ੍ਰੋਸੈਸਿੰਗ ਕਰ ਲਈਏ ਉਹਨਾਂ ਦੀ ਵੈਲਿਊ ਐਡੀਸ਼ਨ ਕਰ ਲਈਏ ਉਹਨਾਂ ਦੀ ਟ੍ਰੇਡ ਕਰ ਲਈਏ ਤਾਂ ਬਹੁਤ ਕੁਛ ਹੋ ਸਕਦਾ ਤਾਂ ਅੱਜ ਜਿਹੜੀ ਮੈਂ ਗੱਲ ਕਰਦਾ ਕਿ ਇੰਪਲਾਇਮੈਂਟ ਦੇਣੀ ਇਹ ਸਾਰੇ ਕੁਛ ਐਗਰੋ ਫੋਰੈਸਟਰੀ ਦੇ ਐਗਰੋ ਇੰਡਸਟਰੀ ਦੇ ਥਰੂ ਮਤਲਬ ਵੱਧ ਸਾਨੂੰ ਇੰਪਲਾਇਮੈਂਟ ਦੇ ਸਕਦੇ ਹਾਂ ਸਾਡਾ ਯੂਥ ਉਹਨੂੰ ਇੰਪਲਾਇਮੈਂਟ ਨਹੀਂ ਮਿਲਦਾ ਇਸੇ ਕਰਕੇ ਉਹ ਯੂਥ ਹੈ ਜਿਹੜਾ ਉਹ ਕੰਮ ਛੱਡ ਕੇ ਜਾ ਰਿਹਾ ਸਾਡਾ ਯੂਥ ਹੈ ਜਿਹੜਾ ਉਹ ਇੱਥੋਂ ਜਿਹੜਾ ਮਤਲਬ ਸਾਡੇ ਕੋਲ ਮਾਈਗ੍ਰੇਟ ਕਰ ਰਿਹਾ ਮਾਈਗ੍ਰੇਸ਼ਨ ਕਰਨਾ ਵੀ ਇੱਕ ਸਿਸਟਮ 'ਚੋਂ ਨਿਕਲਦਾ ਇਹ ਕੈਪੀਟਲਿਸਟ ਜਿਹੜਾ ਮਾਡਲ ਹੈ ਜਿਹਦੇ ਵਿੱਚ ਅਨਇਕੁਅਲ ਡਿਵੈਲਪਮੈਂਟ ਹੁੰਦੀ ਹੈ ਕੁਛ ਏਰੀਏ ਵੱਧ ਡਿਵੈਲਪ ਕਰ ਜਾਂਦੇ ਆ ਕੁਛ ਏਰੀਏ ਘੱਟ ਡਿਵੈਲਪ ਕਰਦੇ ਆ ਅਤੇ ਜਿਹੜੇ ਏਰੀਏ ਵੱਧ ਡਿਵੈਲਪ ਕਰ ਜਾਂਦੇ ਆ ਉੱਧਰ ਨੂੰ ਪਾਪੂਲੇਸ਼ਨ ਜਿਹੜੀ ਮੂਵ ਕਰਦੀ ਹੈ ਜਿਵੇਂ ਪੰਜਾਬ ਵੱਧ ਡਿਵੈਲਪ ਕਰ ਗਿਆ ਤਾਂ ਸਾਡੇ ਕੋਲ ਯੂਪੀ ਤੋਂ ਬਿਹਾਰ ਤੋਂ ਮਾਈਗ੍ਰੈਂਟ ਲੇਬਰ ਆਉਂਦੀ ਹੈ ਇਸ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੇ ਫਿਰ ਕਿੱਥੇ ਜਾਣਾ ਜੇਕਰ ਉੱਥੇ ਇੰਡਸਟਰੀ ਸਰਵਿਸ ਸੈਕਟਰ ਕਿਉਂਕਿ ਇੰਡਸਟਰੀ ਦੇ ਨਾਲ ਹੀ ਸਰਵਿਸ ਸੈਕਟਰ ਟ੍ਰੇਡ ਟਰਾਂਸਪੋਰਟ ਕਮਿਊਨੀਕੇਸ਼ਨ ਬੈਂਕਿੰਗ ਇੰਸ਼ੋਰੈਂਸ ਸਾਰੇ ਸਰਵਿਸ ਸੈਕਟਰ ਦੇ ਵਿੱਚ ਉਹ ਡਿਵੈਲਪ ਹੁੰਦੇ ਨੇ ਉੱਥੇ ਜਦੋਂ ਅਸੀਂ ਪਹਿਲੇ ਸੈਕਟਰ 'ਚ ਹੀ ਮਰ ਗਏ ਸਾਡਾ ਦੂਜਾ ਸੈਕਟਰ ਡਿਵੈਲਪ ਨਹੀਂ ਹੋਇਆ ਫਿਰ ਤੀਜਾ ਵੀ ਨਹੀਂ ਹੁੰਦਾ ਅਤੇ ਫਿਰ ਪੰਜਾਬ ਦੇ ਵਿੱਚੋਂ ਫਿਰ ਜਿਹੜੀ ਮਾਈਗ੍ਰੇਸ਼ਨ ਹੋਈ ਉਹ ਵੀ ਇੱਕ ਅਲੱਗ ਤਰ੍ਹਾਂ ਦੀ ਮਾਈਗ੍ਰੇਸ਼ਨ ਹੈ ਜਿਹੜੀ ਉਹ ਹੋ ਰਹੀ ਹੈ ਬੇਸਿਕਲੀ ਸਾਨੂੰ ਇਹਨੂੰ ਅਸੀਂ ਦੋ ਹਿੱਸਿਆਂ 'ਚ ਵੰਡਦੇ ਹਾਂ ਕਿ ਹਾਲੇ ਸਾਡੇ ਕੋਲ ਮਿਡਲ ਕਲਾਸ ਹੈ ਜਿਹੜੀ ਉਹ ਬਾਹਰ ਆ ਰਹੀ ਹੈ ਬਾਕੀ ਦੀ ਜਿਹੜੀ ਕਲਾਸ ਸਾਡੇ ਕੋਲ ਲੋਅਰ ਕਲਾਸ ਲੋਅਰ ਮਿਡਲ ਕਲਾਸ ਹੈ ਜਿਹੜੀ ਉਹਦੇ ਕੋਲ ਇੰਨੇ ਰਿਸੋਰਸ ਨਹੀਂ ਕਿ ਉਹ ਬਾਹਰਲੇ ਕੰਟਰੀਆਂ 'ਚ ਮਾਈਗ੍ਰੇਟ ਕਰ ਸਕਣ ਨਾ ਹੀ ਸਕਿੱਲ ਹੈ ਤਾਂ ਜਿਹੜੀ ਇਹ ਮਾਈਗ੍ਰੇਸ਼ਨ ਹੁੰਦੀ ਹੈ ਇਸ ਮਾਈਗ੍ਰੇਸ਼ਨ ਨਾਲ ਬੜੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਮਾਈਗ੍ਰੇਸ਼ਨ ਹੋਣਾ ਕੋਈ ਮਾੜੀ ਗੱਲ ਨਹੀਂ ਪ੍ਰਵਾਸ ਜੁਗਾਂ ਜੁਗਾਂਤਰਾਂ ਤੋਂ ਹੁੰਦਾ ਹੈ ਇਹ ਹੋਣਾ ਚਾਹੀਦਾ ਹੈ ਪਰ ਪ੍ਰਵਾਸ ਕਿਹੜੀਆਂ ਕੰਡੀਸ਼ਨਾਂ 'ਚ ਹੋ ਰਿਹਾ ਇਹ ਬਹੁਤ ਇੰਪੋਰਟੈਂਟ ਹੈ ਕਿ ਜੇਕਰ ਪ੍ਰਵਾਸ ਇਸ ਤਰ੍ਹਾਂ ਹੋ ਰਿਹਾ ਵੀ ਤੁਹਾਨੂੰ ਕੋਈ ਚੀਜ਼ ਪੁਸ਼ ਕਰ ਰਹੀ ਹੈ ਧੱਕ ਰਹੀ ਹੈ ਕਿ ਇੱਥੇ ਨਾ ਜਾਓ ਜਿਵੇਂ ਇੱਥੇ ਅਸੀਂ ਬੈਠੇ ਬੰਦੇ ਬੈਠੇ ਹਾਂ ਇੱਥੇ ਜੇ ਕੋਈ ਸਾਨੂੰ ਕੱਢ ਰਿਹਾ ਧੱਕੇ ਨਾਲ ਇੱਕ ਤਾਂ ਇਹ ਇੱਥੋਂ ਜਾਣਾ ਪ੍ਰਵਾਸ ਕਰਨ ਇੱਕ ਇਹ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਜਾ ਰਹੇ ਹਾਂ ਕਿ ਹੋਰ ਕਿਤੇ ਚੱਲਦੇ ਹਾਂ ਉਹਨੂੰ ਅਸੀਂ ਪੁੱਲ ਫੈਕਟਰ ਕਹਿੰਦੇ ਹਾਂ ਇੱਥੋਂ ਕੁਛ ਸਿੱਖ ਕੇ ਅਸੀਂ ਕੁਛ ਹੋਰ ਕਰ ਰਹੇ ਹਾਂ ਇੱਕ ਇਹ ਹੈ ਕਿ ਤੁਹਾਨੂੰ ਇਹ ਸਿਸਟਮ ਵੀ ਜਦੋਂ ਤੁਹਾਨੂੰ ਸਿਸਟਮ ਪੁਸ਼ ਕਰਦਾ ਧੱਕਦਾ ਜਿਵੇਂ ਖੇਤੀ 'ਚੋਂ ਪੰਜਾਬ ਦੀ 'ਚੋਂ ਕਿਸਾਨ ਜਿਹੜੇ ਨਿਕਲੇ ਪਿਛਲੇ 10 ਸਾਲਾਂ ਵਿੱਚ 1991 ਤੋਂ ਲੈ ਕੇ 11 ਤੱਕ ਜਿਹੜਾ ਸੈਂਸਸ ਹੈ ਜਾਂ ਅੱਗੇ 21 ਤੱਕ ਦਾ ਸੈਂਸਸ ਹੈ ਇਹਦੇ ਵਿੱਚ 2 ਲੱਖ ਕਿਸਾਨ ਖੇਤੀ 'ਚੋਂ ਬਾਹਰ ਹੋ ਗਏ ਉਹਨਾਂ ਦਾ ਵੱਡਾ ਹਿੱਸਾ ਛੋਟੇ ਕੰਮਾਂ 'ਚ ਲੱਗਿਆ ਜਿਵੇਂ ਉਹ ਖੇਤ ਮਜ਼ਦੂਰ ਬਣੇ ਉਹ ਇੰਡਸਟਰੀ ਦੇ ਵਿੱਚ ਸ਼ਹਿਰ ਦੇ ਵਿੱਚ ਮਜ਼ਦੂਰ ਬਣੇ ਉਹ ਓਨਰਸ਼ਿਪ ਫਾਰਮਿੰਗ ਛੱਡ ਕੇ ਆਪਣੇ ਨਾਲੋਂ ਥੱਲੇ ਗਏ ਕੁਛ ਬੰਦੇ ਉੱਪਰ ਵੀ ਗਏ ਜਿਵੇਂ ਪੜ੍ਹ ਕੇ ਚਲੇ ਗਏ ਜਾਂ ਬਾਹਰ ਆ ਗਏ 10% ਇਹ ਵੀ ਹੈ ਕੁਛ ਬੰਦੇ ਨੇ ਹੋਰ ਧੰਦੇ ਸ਼ੁਰੂ ਕਰ ਲਏ ਉਹ ਵੀ ਫੇਲ ਹੋ ਗਿਆ ਫਿਰ ਹੋਰ ਸ਼ੁਰੂ ਕਰ ਲਿਆ ਕਿਸੇ ਨੇ ਦੁੱਧ ਦਾ ਕੰਮ ਸ਼ੁਰੂ ਕਰ ਲਿਆ ਕਿਸੇ ਨੇ ਟਰਾਂਸਪੋਰਟ ਦਾ ਕੰਮ ਸ਼ੁਰੂ ਕਰ ਲਿਆ ਕਿਸੇ ਨੇ ਸਕੂਲਾਂ 'ਚ ਵੈਨ ਪਾ ਲਈ ਕਿਸੇ ਨੇ ਕੁਛ ਕਰ ਲਿਆ ਕੁਛ ਬੰਦੇ ਆੜਤ ਦੇ ਕੰਮਾਂ 'ਚ ਵੀ ਗਏ ਜਿਹੜੇ ਛੋਟੇ ਕਿਸਾਨ ਨੇ ਉਹਨਾਂ 'ਚ ਆੜਤ ਦੇ ਕੰਮਾਂ 'ਚ ਕੋਈ ਨਹੀਂ ਗਿਆ ਉਸ ਉਹਨਾਂ 'ਚ ਮਜ਼ਦੂਰ ਬਣੇ
ਜਿਹੜੇ ਵੱਡੇ ਕਿਸਾਨਾਂ 'ਚੋਂ ਵੀ 4% ਜਿਹੜੇ ਲੋਕਾਂ ਨੇ ਛੱਡੀ ਆ ਖੇਤੀ, ਉਹਨਾਂ ਜਿੰਨੇ ਸਾਰੇ ਆੜ੍ਹਤੀਏ ਬਣੇ ਉਹ ਵੱਡੇ ਕਿਸਾਨਾਂ ਧਨੀ ਕਿਸਾਨੀ 'ਚੋਂ ਬਣੇ, ਮਤਲਬ ਇੱਧਰੋਂ ਉੱਧਰੋਂ ਮਜ਼ਦੂਰ ਕੋਈ ਨਹੀਂ ਬਣਿਆ। ਇਹ ਜਿਹੜੀ ਇਸ ਤਰ੍ਹਾਂ ਦੀ ਪ੍ਰਵਾਸ ਹੈ, ਜਿਹੜਾ ਡਿਵੈਲਪਮੈਂਟਲ ਪ੍ਰਵਾਸ ਹੈ, ਜਿਵੇਂ ਮੇਰਾ ਪਰਿਵਾਰ ਖੇਤੀ ਕਰਦਾ, ਮੈਂ ਪ੍ਰੋਫੈਸਰ ਬਣਿਆ, ਇਹ ਪੁੱਲ ਹੋਇਆ ਮੈਂ ਪੁਸ਼ ਨਹੀਂ ਹੋਇਆ। ਕਿਸੇ ਚੀਜ਼ 'ਚੋਂ ਨਿਕਲਣਾ ਉਹਦਾ ਕਾਰਨ ਕੀ ਹੈ, ਕਿਸ ਨੂੰ ਜੇ ਉਹ ਚੀਜ਼ ਧੱਕਦੀ ਹੈ ਕ੍ਰਾਈਸਿਸ ਕਰਕੇ ਤਾਂ ਤੁਸੀਂ ਉੱਧਰ ਜਾ ਰਹੇ ਹੋ, ਜੇ ਧੱਕਦੀ ਹੈ ਫਿਰ ਮਾੜੀ ਗੱਲ ਹੈ, ਜੇ ਉਹ ਬੰਦਾ ਆਪ ਉੱਥੋਂ ਪੁੱਲ ਹੁੰਦਾ ਪੁਸ਼ ਨਹੀਂ ਹੁੰਦਾ ਤਾਂ ਇਹ ਚੰਗਾ ਜਿਹੜਾ ਵਰਤਾਰਾ ਹੈ। ਪੰਜਾਬ ਦੇ ਵਿੱਚੋਂ ਜਿੰਨੇ ਬੰਦੇ ਹੁਣ ਟੱਕਰਾਂ ਮਾਰੇ ਬਾਹਰ ਆਉਣ ਦੀਆਂ ਅਤੇ ਜਿਨ੍ਹਾਂ ਦਾ ਕੁਛ ਨਹੀਂ ਬਣਦਾ, ਜਿਹੜੇ ਲੁੱਟੇ ਜਾ ਰਹੇ ਉੱਥੇ, ਗਵਰਨੈਂਸ ਦੀ ਬਹੁਤ ਸਾਰੀ ਪ੍ਰੋਬਲਮ ਹੈ, ਉਹਦੇ ਵਿੱਚੋਂ ਵੱਡੀ ਗਿਣਤੀ ਜਿਹੜੇ ਨੇ ਉਹ ਨਿਰਾਸ਼ ਹੋ ਕੇ ਫਿਰ ਸਾਡੇ ਕੋਲ ਕੋਈ ਰਾਹ ਰਹਿ ਜਾਂਦਾ ਕਿ ਨਸ਼ਿਆਂ ਦਾ ਰਾਹ ਰਹਿ ਜਾਂਦਾ। ਅਸਲ ਯੂਥ ਹੈ, ਕਿਸੇ ਇਕੋਨਮੀ ਨੂੰ ਜੇਕਰ ਤੁਸੀਂ ਸਮਝਣਾ ਕਿ ਕਿਹੋ ਜਿਹੀ ਬਣੂਗੀ, ਇਹਦਾ ਫਿਊਚਰ ਕੀ ਹੈ, ਤਾਂ ਤੁਸੀਂ ਦੇਖੋ ਕਿ ਉੱਥੋਂ ਦਾ ਯੂਥ ਕੀ ਕਰ ਰਿਹਾ। ਅਸਲ ਯੂਥ ਦੁਨੀਆ ਭਰ ਦੇ ਵਿੱਚ ਯੂਥ ਖੇਤੀ 'ਚ ਆਉਣਾ ਪਸੰਦ ਨਹੀਂ ਕਰਦਾ, ਇਹ ਦੁਨੀਆ ਭਰ ਦਾ ਫਨੋਮਨ ਹੈ। ਇਹ ਯੂਰਪੀਅਨ ਯੂਨੀਅਨ ਦਾ ਵੀ ਹੈ, ਅਮੈਰੀਕਾ ਦਾ ਵੀ ਹੈ, ਇੱਥੋਂ ਦੇ ਵੀ ਵਾਈਟ ਲੋਕ ਉਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ, ਇਹ ਜਪਾਨ ਦਾ ਵੀ ਇਹੀ ਹੈ। ਅਤੇ ਤੁਸੀਂ ਦੇਖੋ ਕਿ ਖੇਤੀ ਕਿਉਂ, ਕਿਉਂਕਿ ਖੇਤੀ ਦੀਆਂ ਆਪਣੀਆਂ ਪ੍ਰੋਬਲਮਾਂ ਨੇ, ਖੇਤੀ ਨੇਚਰ ਉੱਤੇ ਨਿਰਭਰ ਹੈ, ਖੇਤੀ 'ਚ ਇਨਪੁੱਟ ਬਹੁਤ ਪੈਂਦੀ ਹੈ, ਖੇਤੀ ਔਖਾ ਕੰਮ ਹੈ ਬੇਸਿਕਲੀ ਜੇ ਤੁਸੀਂ ਇਸ ਤਰ੍ਹਾਂ ਕਰਨਾ। ਖੇਤੀ ਦੇ ਵਿੱਚ ਫੈਮਿਲੀ ਲੇਬਰ ਜਿਹੜੀ ਬਹੁਤ ਲੱਗਦੀ ਹੈ, ਲੇਬਰ ਬਹੁਤ ਲੱਗਦੀ ਹੈ। ਜਦੋਂ ਇੱਕ ਬਹਿਸ ਚੱਲੀ ਸੀ ਕਾਰਲ ਕੁਟਸਕੀ ਅਤੇ ਬਲਗਮ ਖੋਬ ਦੀ, ਕਿ ਉੱਥੋਂ ਇਹ ਆਇਆ ਸੀ ਕਿ ਛੋਟੀ ਕਿਸਾਨੀ ਕਾਮਯਾਬ ਹੈ ਵੱਡੀ ਕਿਸਾਨੀ, ਵੱਡੇ ਫਾਰਮ ਕਾਮਯਾਬ ਹੈ ਕਿ ਛੋਟੇ, ਤਾਂ ਇਹ ਨਿਕਲਦਾ ਸੀ ਕਿ ਛੋਟੇ ਫਾਰਮਰ ਵੱਧ ਕਾਮਯਾਬ ਨੇ। ਉਹਦੇ ਵਿੱਚ ਉਹਨਾਂ ਨੋਟ ਕੀਤਾ ਕਿ ਛੋਟੇ ਫਾਰਮ ਦੇ ਉੱਤੇ ਫੈਮਿਲੀ ਲੇਬਰ ਬਹੁਤ ਲੱਗਦੀ ਹੈ, ਪਰ ਜਿਹੜੇ ਬੰਦੇ ਵੀ ਇਸ ਛੋਟੇ ਫਾਰਮ ਉੱਤੇ ਫੈਮਿਲੀ ਲੇਬਰ ਬਹੁਤ ਲਾਉਂਦੇ ਆ, ਉਹਨਾਂ ਦੀ ਵੱਧ ਟਾਈਮ ਉੱਥੇ ਲੱਗਦਾ, ਵੱਧ ਟਾਈਮ ਲਾਉਂਦੇ ਨੇ, ਵੱਧ ਲੇਬਰ ਉੱਥੇ ਲਾਉਂਦੇ ਆ, ਉਹ ਬਹੁਤੇ ਅਮੀਰ ਵੀ ਨਹੀਂ ਹੁੰਦੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਲੈਵਲ ਨਹੀਂ ਹੈਗਾ ਉਹ ਜਿਹੜਾ ਦੂਜੇ ਸੈਕਟਰਾਂ ਦੇ ਵਿੱਚ ਹੈ, ਜਿਹੜਾ ਇੰਡਸਟਰੀ ਦੇ ਵਿੱਚ ਹੈ, ਜਿਹੜਾ ਸਬ ਸੈਕਟਰ ਦੇ ਵਿੱਚ, ਉਹ ਉਹਨਾਂ ਸਕਿੱਲ ਲੈਵਲ ਵੀ ਐਵਰੇਜ ਉਹਨਾਂ ਦੇ ਬੱਚਿਆਂ ਦਾ ਲੋਅ ਹੈ ਐਜ ਕੰਪੇਅਰ ਟੂ ਅਦਰ ਸੈਕਟਰ ਆਫ ਦੀ ਇਕੋਨਮੀ, ਮੇ ਬੀ ਸਬ ਸੈਕਟਰ ਇੰਡਸਟਰੀਅਲ ਸੈਕਟਰ ਸੈਕੰਡਰੀ ਦੇ ਟੱਚ ਦੋਨੋਂ। ਤਾਂ ਖੇਤੀ ਦੇ ਵਿੱਚ ਇਨਸੈਂਟਿਵ ਦਿੱਤਾ ਜਾਂਦਾ, ਇਸੇ ਕਰਕੇ ਖੇਤੀ ਕਰਨ ਦੇ ਲਈ ਇਨਸੈਂਟਿਵ ਦਿੱਤਾ ਜਾਂਦਾ, ਜਪਾਨ ਦੇ ਵਿੱਚ ਇਨਸੈਂਟਿਵ ਦਿੱਤਾ ਜਾਂਦਾ, ਪੂਰੇ ਡਿਵੈਲਪਡ ਵਰਲਡ ਦੇ ਵਿੱਚ, ਸਾਰੇ ਯੂਰਪੀਅਨ ਯੂਨੀਅਨ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ, ਭਾਵੇਂ ਉਹਦਾ ਰੂਪ ਹੈ ਕਿ ਗ੍ਰੀਨ ਬਾਕਸ ਦੇ ਵਿੱਚ ਦੇਣੀ ਹੈ, ਬਾਕੀ ਬਾਕਸਾਂ ਦੇ ਵਿੱਚ ਦੇਣੀ ਹੈ, ਜਿਹੜਾ ਡਿਵੈਲਪਿੰਗ ਕੰਟਰੀ ਨਹੀਂ ਦੇ ਸਕਦੇ, ਜਿਹਦੇ ਉੱਤੇ ਸਾਡੇ ਟਰਮਜ਼ ਔਫ ਟ੍ਰੇਡ ਜਿਹੜੇ ਫਿੱਟ ਹੁੰਦੇ ਨੇ। ਇੱਕ ਤਾਂ ਇਹ ਇੰਟਰਨੈਸ਼ਨਲ ਮਾਰਕੀਟ ਸਾਨੂੰ ਮਾਰ ਪਾਉਂਦੀ ਹੈ, ਇੱਕ ਸਾਨੂੰ ਵਿਦਨ ਜਿਹੜਾ ਇੰਡਸਟਰੀ ਅਤੇ ਐਗਰੀਕਲਚਰ ਉਹ ਮਾਰ ਪਾਉਂਦੀ ਹੈ, ਕਿ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰਾ ਫਾਇਦਾ ਹੋਇਆ ਗਿਆ ਕਿੱਧਰ, ਕਿਉਂਕਿ ਸਾਡੀਆਂ ਟਰਮਜ਼ ਔਫ ਟ੍ਰੇਡ ਬਿਟਵੀਨ ਐਗਰੀਕਲਚਰ ਐਂਡ ਇੰਡਸਟਰੀ ਆਰ ਅਨਫੇਵਰ ਟੂ ਐਗਰੀਕਲਚਰ, ਕਿ ਜਿੰਨਾ ਅਸੀਂ ਐਗਰੀਕਲਚਰ, ਕਿਉਂਕਿ ਐਗਰੀਕਲਚਰ ਦਾ ਇੱਕ ਲਿੰਕ ਹੈ, ਇੱਕ ਬੈਕਵਰਡ ਲਿੰਕ ਹੈ, ਇੱਕ ਫਾਰਵਰਡ ਲਿੰਕ ਹੈ। ਬੈਕਵਰਡ ਲਿੰਕ ਦੇ ਵਿੱਚ ਸਾਨੂੰ ਕਿੱਥੋਂ ਸੀਡ ਆਉਂਦਾ, ਕਿੱਥੋਂ ਪੈਸਟੀਸਾਈਡ ਕੈਮੀਕਲ ਆਉਂਦੇ ਨੇ, ਕਿੱਥੋਂ ਫਰਟੀਲਾਈਜ਼ਰ ਆਉਂਦੀ ਹੈ, ਕਿੱਥੋਂ ਕ੍ਰੈਡਿਟ ਆਉਂਦਾ ਹੈ, ਕਿੱਥੋਂ ਮਸ਼ੀਨਰੀ ਆਉਂਦੀ ਹੈ, ਇਹ ਸਾਰੀਆਂ ਚੀਜ਼ਾਂ ਸਾਨੂੰ ਇੰਡਸਟਰੀ ਦੇ ਵਿੱਚ ਆਉਂਦੀਆਂ ਨੇ। ਫਿਰ ਅਸੀਂ ਜਿਹੜੀ ਕਰੋਪ ਪੈਦਾ ਕਰਦੇ ਹਾਂ, ਕਣਕ ਝੋਨਾ, ਉਹ ਕਿੱਥੇ ਜਾਂਦੇ ਨੇ, ਉਹ ਵੀ ਬੇਸਿਕਲੀ ਇੰਡਸਟਰੀ ਦੇ ਵਿੱਚ ਹੀ ਜਾਂਦੇ ਨੇ। ਤਾਂ ਇਹ ਸਾਡੇ ਇਨਪੁੱਟ ਅਤੇ ਆਊਟਪੁੱਟ ਜਾਂ ਬੈਕਵਰਡ ਅਤੇ ਫਾਰਵਰਡ ਲਿੰਕੇਜ ਨੇ, ਇਹਦੇ ਵਿੱਚ ਇੰਡਸਟਰੀ ਹੈ ਜਿਹੜੀ ਉਹ ਵੱਧ ਕਮਾਉਂਦੀ ਹੈ। ਜਿਵੇਂ ਪਹਿਲਾਂ ਗੱਲ ਕਰਦਾ ਸੀ ਕਿ $1 ਜੇਕਰ ਕੰਜ਼ੂਮਰ ਖਰਚ ਕਰਦਾ ਤਾਂ ਉਹਦੇ ਵਿੱਚੋਂ ਕਿੰਨਾ ਹਿੱਸਾ $1 ਦੇ ਵਿੱਚੋਂ ਪੈਦਾ ਕਰਨ ਵਾਲੇ ਫਾਰਮਰ ਨੂੰ ਜਾਂਦਾ। ਇਹ ਸਾਰੀਆਂ ਇਕੋਨਮੀਆਂ ਦੇ ਵਿੱਚ ਵੱਡਾ ਹਿੱਸਾ, ਉਹ ਚੇਨ ਜਿਹਨੂੰ ਸਪਲਾਈ ਮੈਨੇਜਮੈਂਟ ਕਹਿੰਦੇ ਆ, ਉਹ ਬਹੁਤ ਸਾਰੀ ਇਨਐਫੀਸ਼ੀਐਂਟ ਹੈ, ਉਹਨੂੰ ਠੀਕ ਕਰਨ ਦੀ ਲੋੜ ਹੈ ਤਾਂ ਕਿ ਪ੍ਰੋਡਿਊਸਰ ਨੂੰ ਕੁਛ ਨਾ ਕੁਛ ਜਾਵੇ। ਪੂਰੀ ਦੁਨੀਆ ਦੇ ਵਿੱਚ ਜੇਕਰ ਖੇਤੀ ਨੂੰ ਤੁਸੀਂ ਕਾਮਯਾਬ ਕਰਨ ਤਾਂ ਇੱਕੋ ਹੀ ਢੰਗ ਹੈ ਕਿ ਖੇਤੀ ਕਰਨ ਵਾਲੇ ਬੰਦਿਆਂ ਨੂੰ ਤੁਹਾਨੂੰ ਸਪੋਰਟ ਦੇਣੀ ਪਊਗੀ, ਕਿਉਂਕਿ ਖੇਤੀ ਇਹੋ ਜਿਹੀ ਚੀਜ਼ ਨਹੀਂ ਕਿ ਜਿਹਨੂੰ ਛੱਤ ਥੱਲੇ ਕੀਤਾ ਜਾਵੇ। ਖੇਤੀ ਓਪਨ ਦੇ ਵਿੱਚ ਹੁੰਦੀ ਹੈ, ਕੁਦਰਤ ਦੇ ਥੱਲੇ ਹੁੰਦੀ ਹੈ। ਖੇਤੀ ਦੇ ਵਿੱਚ ਪ੍ਰੋਡਕਸ਼ਨ ਜਾਂ ਪ੍ਰੋਡਕਟੀਵਿਟੀ ਨੂੰ ਵਧਾਉਣ ਦਾ ਵੀ ਇੱਕ ਸਿਸਟਮ ਹੈ। ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣ, ਨਵੀਆਂ ਨਵੀਆਂ ਮਸ਼ੀਨਾਂ ਆਉਂਦੀਆਂ ਨੇ, ਹਾਈਟੈਕ ਆਉਂਦੀਆਂ ਨੇ, ਜਿੱਥੇ ਇਹ ਫਰਜ਼ ਕਰੋ ਫੋਨ 1 ਦਿਨ ਦੇ ਵਿੱਚ ਬਣ ਸਕਦਾ ਸੀ, ਉੱਥੇ ਹੋ ਸਕਦਾ ਮਤਲਬ 1 ਘੰਟੇ ਦੇ ਵਿੱਚ ਜਾਂ 1 ਮਿੰਟ ਦੇ ਵਿੱਚ ਵੀ ਬਣਨ ਲੱਗ ਜਾਓ, ਪਰ
ਕਣਕ ਪੈਦਾ ਕਰਨੀ ਹੈ, ਝੋਨਾ ਪੈਦਾ ਕਰਨਾ, ਉਹੀ 6 ਮਹੀਨੇ ਲੱਗਣੇ ਆ। ਠੀਕ ਹੈ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਪਰ ਹਲੇ ਸਾਡੇ ਕੋਲ ਜਿੰਨੀਆਂ ਚੀਜ਼ਾਂ ਨੇ ਉਹਦੇ ਵਿੱਚ ਇਹ ਹੈ ਕਿ ਅਸੀਂ ਇੰਡਸਟਰੀ ਨਾਲ ਖੇਤੀ ਦਾ ਮੁਕਾਬਲਾ ਨਹੀਂ ਕਰ ਸਕਦੇ। ਖੇਤੀ ਕਿਸੇ ਸਮਾਜ ਦਾ ਉਸ ਲੈਡਰ ਦਾ ਫਸਟ ਸਟੈਪ ਹੁੰਦਾ, ਜਿੱਥੋਂ ਇਕੋਨਮੀ ਸ਼ੁਰੂ ਕਰਦੀ ਹੈ ਫਿਰ ਉੱਪਰ ਨੂੰ ਚੜ੍ਹਦੀ ਹੈ। ਸਾਨੂੰ ਹਮੇਸ਼ਾ ਉਹਦੇ ਵਿੱਚ ਲੋਕ ਰੱਖਣੇ ਪੈਣਗੇ, ਖੇਤੀ ਬਿਨਾਂ ਨਹੀਂ ਸਰਦਾ, ਖਾਣਾ ਹੀ ਪੈਣਾ ਕੁਛ ਨਾ ਕੁਛ। ਬੂਟਾ ਜਿਹੜਾ ਉਹ ਆਪਦੇ ਆਪ ਵਿੱਚ ਲਾਈਫ ਹੈ, ਜਿਉਂਦੀ ਚੀਜ਼ ਹੈ। ਜਿਵੇਂ ਪਾਪ ਪੁੰਨ ਦੀ ਗੱਲ ਕਰਦੇ ਨਾ, ਬੂਟਾ ਵੀ ਇਸ ਤਰ੍ਹਾਂ ਹੀ ਜਾਨ ਹੈ, ਉਹਦੇ ਵਿੱਚ ਉਹਨੂੰ ਇਸ ਤਰ੍ਹਾਂ ਨਹੀਂ ਮਾਰਨਾ ਚਾਹੀਦਾ, ਉਹ ਵੱਧ ਹੈ। ਸਾਰਾ ਕੁਛ ਇਸ ਤਰ੍ਹਾਂ ਹੀ ਸਿਸਟਮ ਹੈ ਜਿਵੇਂ ਬਾਕੀ ਜਾਨ ਵਾਲੇ ਬੰਦਿਆਂ ਦਾ, ਜਾਨਵਰਾਂ ਦਾ, ਬੰਦਿਆਂ ਦਾ। ਉਹਨੂੰ ਸਾਨੂੰ ਸਪੋਰਟ ਦੇਣੀ ਚਾਹੀਦੀ ਹੈ, ਉਹ ਖੇਤੀ ਕਰਨ ਵਾਲਿਆਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ। ਤਾਂ ਇਹੋ ਜਿਹੀ ਪੋਲਿਸੀ ਬਣਨੀ ਚਾਹੀਦੀ ਹੈ ਜਿਹਦੇ ਨਾਲ ਖੇਤੀ ਦਾ ਜਿਹੜਾ ਇਹ ਹੋਵੇ। ਅਤੇ ਇੱਕ ਇਸ਼ੂ ਸਾਡੇ ਕੋਲ ਆਇਆ ਸੀ ਪਹਿਲਾਂ ਕਿ ਅਸੀਂ ਜਿਹੜਾ ਕੀ ਕੋਪਰੇਟਿਵ ਜਿਹੜਾ ਮਾਡਲ ਹੈ ਜਾਂ ਕਾਰਪੋਰੇਟ ਮਾਡਲ ਹੈ, ਇਹਦਾ ਆਪਸੀ ਸੰਬੰਧ ਕੀ ਹੈ। ਮੈਨੂੰ ਕੁਛ ਸੱਜਣਾਂ ਨੇ ਸਵਾਲ ਪੁੱਛਿਆ ਸੀਗਾ ਕਿ ਵੀ ਕੀ ਤੁਸੀਂ ਜਿਹੜਾ ਕੋਪਰੇਟ ਸਿਸਟਮ ਹੈ, ਮੈਂ ਕਿਉਂਕਿ ਕੁਛ ਸਵਾਲ ਪਹਿਲਾਂ ਆਏ ਸੀਗੇ, ਉੱਚੋਂ ਪਹਿਲਾ ਸਵਾਲ ਇਹ ਸੀਗਾ, ਕੁਛ ਮੈਨੂੰ ਹੋਰ ਵੀ ਕਰਨਗੇ, ਅਤੇ ਜੇ ਇਕੱਠੇ ਕਰਨੇ ਤਾਂ ਇਕੱਠੇ ਜਦੋਂ ਮੈਂ ਸਵਾਲਾਂ ਦਾ ਜਵਾਬ ਹੀ ਸ਼ੁਰੂ ਕਰਤੇ ਸੀਗੇ ਵੈਸੇ। ਅਤੇ ਇਹ ਇੱਧਰੋਂ ਆਇਆ ਜਿਹੜਾ ਸਟੇਜ ਵੱਲੋਂ ਤੁਸੀਂ ਕਰਨਾ ਚਾਹੋਗੇ, ਮੇਰਾ ਤਾਂ ਸਿਰਫ ਇੱਕ ਸਵਾਲ ਆ ਨਾ, ਮੇਰਾ ਇਕੱਲੇ ਦਾ ਨਹੀਂ, ਬਾਹਲਿਆਂ ਦੇ ਦਿਮਾਗ 'ਚ ਆਇਆ ਵੀ ਗੌਰਮੈਂਟਾਂ ਬਾਰੇ ਪਹਿਲਾਂ ਬਾਤ ਹੁੰਦੀ ਸੀਗੀ, ਕਾਂਗਰਸ ਸੀਗੀਆਂ, ਲੋਕ ਗੱਲਾਂ ਸੁਣ ਲੈਂਦੇ, ਉਹਨੂੰ ਪਤਾ ਕਰਨਾ ਕੁਰਨਾ ਤਾਂ ਉਹਨਾਂ ਨੇ ਹੁੰਦਾ ਨਹੀਂ। ਮੈਂ ਇਹ ਚਾਹੁੰਦਾ ਵੀ ਡਾਕਟਰ ਸਾਹਿਬ ਇਹ ਦੱਸਣ ਵੀ ਮੌਜੂਦਾ ਜਿਹੜੀ ਗੌਰਮੈਂਟ ਹੈ ਪੰਜਾਬ ਦੀ, ਵਾਕਈ ਉਹਦੇ 'ਚ ਕੋਈ ਵਿਲ ਪਾਵਰ ਹੈਗੀ ਹੈ ਕੋਈ, ਮਤਲਬ ਐਗਰੀਕਲਚਰ ਦੀ ਪੋਲਸੀ ਡਿਵੈਲਪ ਕਰਨ ਨੂੰ, ਕਿਉਂਕਿ ਇਹਨਾਂ ਦਾ ਕੁਛ ਨਾ ਕੁਛ ਐਕਸਪੀਰੀਅੰਸ ਹੋਇਆ ਹੋਊਗਾ। ਬਸ ਇਹੀ ਸੀ, ਇਹ ਤੋਂ ਵੱਧ ਨਹੀਂ। ਬਾਕੀ ਸੋ ਸਵਾਲ ਹੈ ਜਿਹੜਾ, ਉਹ ਮੈਂ ਦੋ ਚੀਜ਼ਾਂ ਜੋੜ ਕੇ ਇਹਦਾ ਜਵਾਬ ਦਿੰਦਾ ਕਿ ਬਹੁਤ ਸਾਰੇ, ਜਿਵੇਂ ਮੈਂ ਸ਼ੁਰੂ 'ਚ ਆਪਣੀ ਇੰਟਰੋਡਕਸ਼ਨ ਵੇਲੇ ਦੱਸਿਆ ਸੀ ਕਿ ਸਾਨੂੰ ਇੱਕ ਓਪਰਚੁਨਿਟੀ ਸਰਕਾਰ ਵੱਲੋਂ ਦਿੱਤੀ ਗਈ, ਤਾਂ ਇਸ ਗੱਲ 'ਚ ਬਹੁਤ ਸਾਰੇ ਲੋਕ ਹੈਰਾਨ ਸੀਗੇ। ਇੱਕ ਬੰਦੇ ਨੇ ਲਿਖਿਆ ਕਿ ਕਦੇ ਕਦੇ ਸਰਕਾਰਾਂ ਕੋਈ ਸਿਆਣਪ ਦਾ ਕੰਮ ਵੀ ਕਰ ਦਿੰਦੀਆਂ ਹਨ, ਤਾਂ ਦੂਜੇ ਨੇ ਲਿਖਿਆ ਕਦੇ ਨਹੀਂ ਕਰਦੀਆਂ, ਮੈਨੂੰ ਲੱਗਦਾ ਇੱਕੋ ਵਾਰੀ ਕਰਿਆ ਲੱਗਦਾ। ਅਤੇ ਤੁਸੀਂ ਇਹ ਦੇਖੋ ਵੀ ਇਸ ਦੇ ਵਿੱਚ ਅਸੀਂ ਪਹਿਲਾਂ ਇਹ ਦੇਖੀਏ ਪੋਸੀਬਿਲਟੀ ਕੀ ਹੈ, ਮਤਲਬ ਇੱਕ ਸਟੇਟ ਦਾ ਅਤੇ ਸੈਂਟਰ ਦਾ ਇੱਕ ਸੰਬੰਧ ਹੈ, ਕਾਰਪੋਰੇਟ ਸਿਸਟਮ ਦਾ ਇੱਕ ਸੰਬੰਧ ਹੈ। ਵੀ ਆਪਾਂ ਇਹ ਮੰਨ ਕੇ ਚੱਲੀਏ ਕਿ ਆਪਾਂ ਹੀ ਕਰਨਾ, ਫਰਜ਼ ਕਰੋ ਆਪਾਂ ਇਹ ਮੰਨ ਲਈਏ ਕਿ ਜਿਹੜੇ ਬੰਦੇ ਆਪਾਂ ਬੈਠੇ ਆਪਾਂ ਕਰਨਾ, ਕਿਉਂਕਿ ਇਹਦੇ ਉੱਤੇ ਬਹੁਤ ਸਾਰੇ ਬਹਿਸ ਹੋਏ। ਜਦੋਂ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਰੈਵੋਲਿਊਸ਼ਨ ਹੋਏ ਨੇ, ਭਾਵੇਂ ਉਹ ਚਾਈਨਾ ਦਾ ਅਤੇ ਜਿਹੜਾ ਰਸ਼ੀਆ ਦਾ ਵੱਡਾ ਰੈਵੋਲਿਊਸ਼ਨ ਹੈ, ਉਸ ਤੋਂ ਬਾਅਦ ਜਦੋਂ ਹੱਥ ਦੇ ਵਿੱਚ ਰਾਸ਼ਤ ਆ ਜਾਂਦੀ ਹੈ, ਉਦੋਂ ਬਾਅਦ ਵੀ ਇਹ ਡਿਸਕਸ਼ਨਾਂ ਚੱਲਦੀਆਂ। ਜਿਵੇਂ ਮੈਂ ਪਹਿਲਾਂ ਗੱਲ ਕਾਰਲ ਪੋਟਸਕੀ ਅਤੇ ਜਿਹੜੇ ਬਲਗਾ ਖੂਬ ਦੀ ਡਿਸਕਸ਼ਨ ਦੀ ਗੱਲ ਕਰਦਾ ਸੀ, ਉਹ ਇੱਕ ਚੱਲੀ ਸੀ ਡਿਸਕਸ਼ਨ, ਜਿਹਨੂੰ ਲੈਂਦਣ ਦੇ ਬਾਅਦ ਦੇ ਵਿੱਚ ਸਮ ਅਪ ਵੀ ਕੀਤਾ ਕਿ ਕੀ ਸੱਚਮੁੱਚ ਇਸ ਸਿਸਟਮ ਦੇ ਵਿੱਚ ਕੁਝ ਕੀਤਾ ਜਾ ਸਕਦਾ, ਕੀ ਪੰਜਾਬ ਦੇ ਵਿੱਚ ਇਕੱਲੀ ਸਟੇਟ ਗੌਰਮੈਂਟ ਕੁਝ ਕਰ ਸਕਦੀ ਹੈ। ਫਿਰ ਦੇਖਾਂਗੇ, ਜੇ ਆਪਾਂ ਨੂੰ ਲੱਗਦਾ ਕਿ ਕੀਤੇ ਨਹੀਂ ਜਾ ਸਕਦਾ ਫਿਰ ਤਾਂ ਸਾਡੀ ਸਰਕਾਰ ਵੀ ਕੀ ਕਰੂਗੀ। ਜੇ ਇਹਦੀ ਪੋਸੀਬਿਲਟੀ ਹੈਗੀ ਅੱਗੇ ਕੁਝ ਕੀਤਾ ਜਾ ਸਕਦਾ, ਫਿਰ ਆਪਾਂ ਇਹ ਫਿਰ ਗਾਹਾਂ ਵਾਲਾ ਸਵਾਲ ਹੈ ਜਿਹੜਾ ਉਹ ਖੜ੍ਹਾ ਹੁੰਦਾ ਹੈ ਵੀ ਇਹ ਸਰਕਾਰ ਕਰੂ ਜਾਂ ਨਾ ਕਰੂ। ਤਾਂ ਮੈਂ ਇਹ ਸਮਝਦਾ ਕਿ ਸਾਡੀ ਸਰਕਾਰ, ਸਾਡੇ ਕੋਲ ਜਿਹੜਾ ਮੈਂਡੇਟ ਹੈ ਹੁਣ ਇਸ ਵੇਲੇ, ਉਹ ਇਹ ਹੈ ਕਿ ਤੁਸੀਂ ਇੱਕ ਚੀਜ਼ ਬਣਾਓ ਜਿਹੜੀ ਕਰਨ ਡੂਏਬਲ ਹੋਵੇ, ਜਿਹਦੇ ਉੱਤੇ ਕੀਤਾ ਜਾ ਸਕੇ ਕੁਛ।
तो विलिंगनैस यही लगती है कि सरकार कुछ चाहती है कि कुछ ना कुछ इस सिस्टम के जो चंगा हो जाए, क्योंकि लोगों दी बहुत सारिया इच्छावान ने, लोगों दी बहुत सारिया एक्सपैक्टेशन ने कि लोगों ने किसी की कुछ नहीं सुनी, पर वोटा पाने वाले लोगों ने कुछ नहीं सुनिया, वो कहते आप आधा दो देख ले इनू पाने बस, पर बहुत कुछ करने तो बाद इस तरह सुनी ही नहीं कोई मतलब इस तरह का हो जाएगा पता नहीं। ये लोग कहते भी इनू लोगों को दस सका गया, इन्होंने इन्होंने मतलब कदों सोच लिया कि आह बदन पानी है, मतलब ये कुछ नहीं पता लगे। तो उन्होंने फिर इच्छावें भी बहुत ने, खेती वाली इकोनमी है, खेती च कुछ ना कुछ जरा करना ही पैना खेती दे विच, सरकार है जी वो मैं आस है कि जरूर करूगी, पर वो असी सेंटर ते स्टेट दे विच किन्ना कर सकते, किन्ना का स्टेटा कर सकदियां ने, किन्ना का इस निजाम दे विच विच कीता जा सकता है। क्योंकि जिवें कोपरेट बनाउण दी गल है, बहुत सारे दोस्तों ने पुछिया हुण कि कोपरेट की कैपिटल सिस्टम दे विच खड़ सकदे आ। पंजाब दे विच इस वेले एक वड्डी डिबेट चली हुई है, जिदों ते वड्डे वड्डे अर्थशास्त्री जिहड़े ओह सारा दिन सिर जोड़ के बहिंदे आ, आर्टिकल भी लिखे गए अखबारों दे विच, पंजाबी ट्रिब्यून दे विच भी आए ने, बाकी अखबारों दे विच भी चल रही है कि की इस तरह का कोपरेटिव इस तरह के सिस्टम दे विच बन सकदा। एक धिर कहती है कि नहीं बन सकता, एक धिर कहती है कि बन सकता। कोपरेट दीआं कई किस्मां ने, कुछ ना कुछ बन सकदियां ने, कुछ अगे तोरिया जा सकता, क्योंकि असीं गल करते कि जो कोपरेट सिस्टम बनता है उस तो बाद कोपरेट फार्मिंग होंदी है, फिर कोपरेट फार्मिंग दे विच कलैक्टिव फार्मिंग होंदी है। कोपरेट दे विच असीं जिवें मैं आपां किहो जिहा मॉडल बनावांगे, तो हुण ही सानूं चेयर साहब पुछ रहे सीगे भी किहो जिहा मतलब किन्ना हिस्सा जो सप्लाई चेन मैनेजमेंट का किन्ना हिस्सा जो असी असी कर सकते हैं कारपोरेट कर सकते हैं। तो ये टेक्नोलॉजिकल एक इशू ने कि तुसी की सोडे कोल राजसत्ता पहला होवे सारा कुछ उहदे विच कर सकते हो। जो राजसत्ता सोडी एक पूरी दुनिया की कैपिटलिस्टिक है, उहदे विच कोई इस तरह दीआं चीज़ां डिवेलप हो सकदियां ने। हाँ ठीक है, वेलफेयर स्टेट का एक कंसैप्ट हैगा कि उहदे विच कोई चीज़ां कीतियां जा सकदियां ने। तो मैं समझदा कि सानू जे असी कोपरेट फार्म करते हैं तो पहला स्टेज है कि पंजाब दे विच देखो 12,500 पिंड है, 1200 कस्टम हायरिंग फार्म मशीनरी सर्विस सेंटर ने, छोटे किसानों कुछ मशीनरी मिल जाती है। कोपरेट का एक मुढ़ला जिहा रूप है, इनू थोड़ा अगे वधाया जा सकता है, चल रहे ने वधिया। असी जिन्ना चिर लोगों की कोपरेट थिंकिंग नहीं करते तो साथों वड्डा कोपरेट भी समझ जरा सामभ नहीं जाना। असी लोगों की कोपरेट थिंकिंग बनाई वो थ्रू लोगों जुड़ना है, उदू बाद सोसायटियां थोड़ी होर वड्डिया हो निके निके लड़ाइया चो हटन गए तो वो थोड़ी सिविलाइज सोसायटी उस तरह की बनेगी। तो उस तो बाद असी जरा इनू वड्डे कोपरेट कलैक्टिव और समॉल फार्म कोपरेट बनावे, फिर वड्डे मीडियम फार्म नाल जोड़ के वो कोपरेट बन सकते हैं। तो उस तो बाद फिर कितने गल है जी, पर इसकी नेचर है जी किहो जी होवे, क्योंकि रशिया चाइना दे विच भी नेचर अलग अलग सी, एक स्टेट नूं हिस्सा दिंदे सी, एक उन्होंने कोपरेट यूनिटां नूं ही दिंदे सी, स्टेट इन्हां ते टैक्स भी मतलब लगते सीगे कि इहदे विच कंपीटीशन हुंदा सी कि स्टेट नूं असीं वध हिस्सा देईए, कोपरेट यूनिट सीगे जिहड़े थल्ले वाले। तां साडे कोल इस तरह दीआं दुनिया दीआं एग्जाम्पलां ने, मॉडल ने, साडे कोल स्पेन दा मॉडल है, साडे कोल कई कंट्रियां दे होर मॉडल ने, उन्हां नूं असीं लागू कर सकदे कुछ, पर सानूं फिर भी अपना एक मॉडल बनाउणा पऊगा। साडा मॉडल साडी स्किल मुताबक, साडे रिसोर्सां मुताबक, साडे एनवायरमेंट मुताबक, साडे खाण पीण दे ढंग मुताबक, साडे कम करन दे साडे ओनरशिप ते दूजे ढंग मुताबक करना पऊगा। जी पंजाब दा किसान सेंटर दे विच क्यों लड़िया, एक गल सी कि एक गल समझ आई सारे सारे कानूनों चो, मैं तीन कानून बहुत समझा रहा, एक एक लैंड के भी समझा रहा कि पहला कानून मंडी तोड़ता है, दूजा कानून है जो कॉन्ट्रैक्ट फार्म करता है, तीजा कानून है जी साड़ी फसल उत्ते जी स्टॉक करन तो नहीं रोकता। तो ये तीन कानून ने,
ਇਹ ਨਹੀਂ ਸਮਝ ਆਇਆ ਕਿਸੇ ਨੂੰ ਸਮਝ ਕੀ ਆਇਆ ਕਿ ਇਹ ਵੱਡੀਆਂ ਕੰਪਨੀਆਂ ਸਾਡੀ ਜ਼ਮੀਨ ਖੋਣਗੀਆਂ ਇਹ ਗੱਲ ਸਮਝ ਆਈ ਹੁਣ ਲੋਕਾਂ ਨੇ ਇਹ ਵੀ ਕਿਹਾ ਵੀ ਤੁਸੀਂ ਇੱਥੇ ਵੀ ਕੰਮ ਕਰਦੇ ਹੋ ਜੇ ਤੁਹਾਨੂੰ ਇੱਥੇ 300 ਰੁਪਈਆ ਬਣਦਾ ਦਿਹਾੜੀ ਜੇ ਕੰਪਨੀ ਆ ਜਾਣਗੀਆਂ ਉੱਥੇ 500 ਰੁਪਈਆ ਬਣੂਗਾ ਇਕਨੋਮਿਕਸ ਤਾਂ ਇਹ ਗੱਲ ਵਧੀਆ ਕਿ 500 ਰੁਪਈਆ ਲਓ 300 ਤੇ ਕੰਮ ਤਾਂ ਮਰੀ ਜਾਂਦੇ ਪਰ ਸਾਡਾ ਜਿਹੜਾ ਪੰਜਾਬ ਦਾ ਕਲਚਰ ਹੈ ਉਹ ਓਨਰਸ਼ਿਪ ਮੀਨਸ ਆਫ ਪ੍ਰੋਡਕਸ਼ਨ ਲੈਂਡ ਦੀ ਜਿਹੜੀ ਓਨਰਸ਼ਿਪ ਹੈ ਇਹ ਇਕੱਲੀ ਸਾਡੀ ਆਰਥਿਕਤਾ ਨਾਲ ਨਹੀਂ ਜੁੜੀ ਸਾਡੇ ਸਮਾਜਿਕ ਤਾਣੇ ਬਾਣੇ ਸਾਡੇ ਜੱਦੀ ਪੁਸ਼ਤੀ ਕਿੱਤੇ ਸਾਡੀਆਂ ਹੋਰ ਸਾਡੇ ਤਾਂ ਜੱਟਾਂ ਦੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਨਜ਼ਰ ਈਵਨ ਪ੍ਰੋਫੈਸਰ ਲੈ ਕੇ ਉਹਨੂੰ ਛੇਤੀ ਛੇਤੀ ਰਿਸ਼ਤਾ ਨਹੀਂ ਕਰਦੇ ਜੇਕਰ ਉਹਦੇ ਕੋਲ ਜ਼ਮੀਨ ਨਹੀਂ ਹੈਗੀ ਭਾਵੇਂ ਚੀਜ਼ਾਂ ਹੁਣ ਟੁੱਟ ਗਈਆਂ ਬਈ ਹਰ ਇੱਕ ਖਿੱਤੇ ਦਾ ਇੱਕ ਕਲਚਰ ਉਸ ਕਲਚਰ ਨੂੰ ਰੱਖ ਕੇ ਮੁੱਖ ਅਸੀਂ ਇੱਕ ਮਾਡਲ ਬਣਾਵਾਂਗੇ ਜਿਹਦੇ ਵਿੱਚੋਂ ਲਵਾਂਗੇ ਚੀਜ਼ਾਂ ਬਾਹਰੋਂ ਕਿੱਥੋਂ ਕਿੰਨੀ ਕੁ ਲੈ ਸਕਦੇ ਹਾਂ ਉਹ ਮਾਡਲ ਦਾ ਇਹ ਹੋਣਾ ਚਾਹੀਦਾ ਕਿ ਇਹਦੀ ਨੇਚਰ ਹੈ ਜਿਹੜੀ ਉਹ ਅਸੀਂ ਸੋਸ਼ਲਿਸਟਿਕ ਰੱਖਾਂਗੇ ਇਹ ਨੇਚਰ ਹੈ ਜਿਹੜੀ ਈਕੋ ਫਰੈਂਡਲੀ ਰੱਖਾਂਗੇ ਇਹ ਨੇਚਰ ਹੈਲਥੀ ਰੱਖਾਂਗੇ ਇਹ ਨੇਚਰ ਦੇ ਵਿੱਚ ਅਸੀਂ ਸਾਡਾ ਵਾਤਾਵਰਨ ਸਾਡੀ ਇਨਵਾਇਰਮੈਂਟ ਸਾਡੀ ਇਕੋਨਮੀ ਸਾਡੀ ਹੈਲਥ ਨੂੰ ਠੀਕ ਰੱਖਾਂਗੇ ਨਵਾਂ ਮਾਡਲ ਬਣਾਵਾਂਗੇ ਤਾਂ ਸਾਨੂੰ ਮੈਨੂੰ ਲੱਗਦਾ ਕਿ ਇਹ ਸਮੇਂ ਦੇ ਨਾਲ ਨਾਲ ਸਾਨੂੰ ਇਹ ਚੀਜ਼ਾਂ ਚੇਂਜ ਕਰਨੀਆਂ ਪੈਣਗੀਆਂ ਅਤੇ ਇਹ ਪਰ ਇੱਕ ਮੈਂ ਸ਼ੋਰ ਕਰਦਾ ਕਿ ਇਹ ਚੀਜ਼ਾਂ ਬਣ ਸਕਦੀਆਂ ਨੇ ਇਹ ਚੀਜ਼ਾਂ ਜਿਹੜੀਆਂ ਡਿਵੈਲਪ ਕੀਤੀਆਂ ਜਾ ਸਕਦੀਆਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਨਹੀਂ ਬਣ ਸਕਦਾ ਅਤੇ ਮੈਨੂੰ ਆਸ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਸਾਡੇ ਕਮਿਸ਼ਨ ਨੂੰ ਸਾਨੂੰ ਸਹਿਯੋਗ ਦੇਊਗੀ ਅਤੇ ਮੈਨੂੰ ਵੱਧ ਤੋਂ ਵੱਧ ਆਸ ਹੈਗੀ ਜਿਹੜੇ ਬੰਦੇ ਬਾਹਰ ਬੈਠੇ ਆ ਪੰਜਾਬ ਦੇ ਜਿਹੜੇ ਤੁਸੀਂ ਲੋਕ ਹੋ ਕਿ ਸਾਨੂੰ ਇੱਕ ਅਪਰਚੁਨਿਟੀ ਮਿਲੀ ਹੈ ਕਿ ਇਹਦੇ ਵਿੱਚ ਜੇ ਆਪਾਂ ਕੁਛ ਨਾ ਕੁਛ ਕਰ ਜਾਂਦੇ ਹਾਂ ਅਤੇ ਸਾਨੂੰ ਉਹਨਾਂ ਜੜ੍ਹਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਜਿੱਥੋਂ ਅਸੀਂ ਆਏ ਹਾਂ ਉਹ ਯੂਥ ਜਿਹੜਾ ਇੱਥੇ ਆ ਨਹੀਂ ਸਕਿਆ ਤੁਸੀਂ ਲੋਕ ਇੱਥੇ ਆ ਗਏ ਤੁਹਾਨੂੰ ਬਹੁਤ ਕੁਝ ਚੀਜ਼ਾਂ ਮਿਲੀਆਂ ਸੀਗੀਆਂ ਤੁਹਾਡੇ ਕੋਲ ਸਕਿੱਲ ਸੀ ਰਿਸੋਰਸ ਸੀ ਇੱਥੇ ਆ ਗਏ ਕੁਛ ਵੀ ਸੀ ਅਤੇ ਕੁਛ ਲੋਕ ਹਾਲੇ ਉੱਥੇ ਜਿਹੜੇ ਭਟਕਦੇ ਆ ਜਿਨ੍ਹਾਂ ਨੂੰ ਇੰਪਲਾਇਮੈਂਟ ਨਹੀਂ ਮਿਲਦੀ ਜਿਨ੍ਹਾਂ ਨੂੰ ਉਸ ਤਰ੍ਹਾਂ ਸਕਿੱਲ ਨਹੀਂ ਹੈਗੇ ਜਿਹੜੇ ਮਾਈਗ੍ਰੇਟ ਨਹੀਂ ਕਰ ਸਕਦੇ ਜਿਹੜੇ ਨਸ਼ਿਆਂ ਦੀ ਲੱਤਾਂ ਦੇ ਵਿੱਚ ਫਸੇ ਹੋਏ ਆ ਬਹੁਤ ਮਤਲਬ ਹੈਲਥ ਦਾ ਵਿਗਾੜ ਸਮਾਜਿਕ ਤਣਾਅ ਬਿਨਾਂ ਉਜੜਿਆ ਹੋਇਆ ਉਹਨਾਂ ਦੇ ਵਿੱਚ ਉਹਨਾਂ ਨੂੰ ਜੀਵਨ ਜਾਂਚ ਸਿਖਾਉਣੀ ਉਹਨਾਂ ਨੂੰ ਆਪਣੇ ਤਜਰਬੇ ਸਿਖਾਉਣੇ ਤਿੱਦੋ ਸਾਹਿਬ ਕਹਿੰਦੇ ਉੱਥੇ ਘਰ ਬਣਾਉਣੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਵੀ ਇਸ ਤਰ੍ਹਾਂ ਦੇ ਜਿਹੜੇ ਘਰਾਂ 'ਚ ਤੁਸੀਂ ਰਹਿੰਦੇ ਹੋ ਇਹ ਘਰ 'ਚ ਉਹਨੇ ਕਿਵੇਂ ਰਹਿਣਾ ਇਹ ਵੀ ਉਹਨਾਂ ਨੂੰ ਸਿਖਾਉਣਾ ਪੈਣਾ ਘਰ ਭਾਵੇਂ ਬਣਾ ਦਿਓ ਇਸ ਤਰ੍ਹਾਂ ਦੇ ਘਰ 'ਚ ਹਾਲੇ ਉਹਨਾਂ ਨੂੰ ਰਹਿਣਾ ਨਹੀਂ ਆਉਂਦਾ ਮੇਰੇ ਸਾਹਮਣੇ ਸਾਨੂੰ ਆਪ ਨੂੰ ਆਦਤ ਨਹੀਂ ਹੈਗੀ ਕਿ ਇੱਥੇ ਮਤਲਬ ਇਸ ਤਰ੍ਹਾਂ ਦੇ ਹਿਸਾਬ ਕਿਤਾਬ ਰੱਖਣਾ ਤਾਂ ਇਹ ਚੀਜ਼ਾਂ ਤੁਸੀਂ ਆਪਣੇ ਤਜਰਬਿਆਂ 'ਚ ਉਹਨਾਂ ਨੂੰ ਦੱਸੋਗੇ ਤੁਸੀਂ ਉੱਥੇ ਇਨਵੈਸਟ ਕਰੋਗੇ ਜਿਵੇਂ ਫਰਜ਼ ਕਰੋ ਪੰਜਾਬ ਦੇ ਵਿੱਚ ਇਸ ਵੇਲੇ ਐਨਰਜੀ ਦਾ ਕ੍ਰਾਈਸਿਸ ਹੈ ਬਹੁਤ ਸਾਰੀ ਐਨਰਜੀ ਜਿਹੜੀ ਅਸੀਂ ਸੋਲਰ ਤੋਂ ਲੈ ਸਕਦੇ ਹਾਂ ਪੂਰੇ ਪੰਜਾਬ ਨੂੰ ਸੋਲਰ ਪਾਵਰ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਆਰਾਮ ਨਾਲ ਉਹਦੇ ਵਿੱਚ ਬਹੁਤ ਸਾਰੇ NRI ਨੇ ਜਿਹੜੇ ਉਹ ਸਹਿਯੋਗ ਦੇ ਸਕਦੇ ਆ ਇਨਵੈਸਟਮੈਂਟ ਕਰ ਸਕਦੇ ਆ ਆਪਣੇ ਪਿੰਡ ਦੇ ਵਿੱਚ ਕੋਈ ਸਟਰੀਟ ਲਾਈਟਾਂ ਹੀ ਲਾ ਸਕਦੇ ਆ ਕਿੰਨਾ ਕੁਛ ਕੀਤਾ ਜਾ ਸਕਦਾ ਅਤੇ ਇਹਦੇ ਵਾਸਤੇ ਅਸੀਂ ਸੋਚਣਾ ਕਿ ਅਸੀਂ ਉੱਥੇ ਕੀ ਕਰੀਏ ਕਿਵੇਂ ਸਫਾਈ ਰੱਖਣੀ ਹੈ ਕਿਵੇਂ ਬਿਮਾਰੀਆਂ ਤੋਂ ਖੜਾ ਛਡਾਉਣਾ ਹੈ ਕਿਵੇਂ ਜਿਹੜੀਆਂ ਪੈਸਟੀਸਾਈਡ ਅੰਧਾ ਧੁੰਦ ਅਸੀਂ ਖਾਈ ਜਾਂਦੇ ਹਾਂ ਕਿੰਨੀਆਂ ਅਸੀਂ ਮਤਲਬ ਦਵਾਈਆਂ ਖਾਂਦੇ ਹਾਂ ਉੱਥੇ ਕਿੰਨੀਆਂ ਦਵਾਈਆਂ ਉਹਨੇ ਜਿਹੜੀਆਂ ਇਹਨਾਂ ਕੰਟਰੀ 'ਚ ਬੈਨ ਕੀਤੀਆਂ ਹੋਈਆਂ ਉਹ ਅਸੀਂ ਖਾਈ ਜਾਂਦੇ ਹਾਂ ਇਹ ਸਾਰਾ ਕੁਛ ਕਰਨ ਵਾਸਤੇ ਸਾਨੂੰ ਇੱਕ ਉਸ ਤਰ੍ਹਾਂ ਦੇ ਸਕਿੱਲ ਦੀ ਉਸ ਤਰ੍ਹਾਂ ਦੀ ਅਵੇਅਰਨੈਸ ਦੀ ਉਸ ਤਰ੍ਹਾਂ ਦੇ ਮਾਡਲ ਦੀ ਉਸ ਤਰ੍ਹਾਂ ਦੀ ਜੀਵਨ ਜਾਂਚ ਦੀ ਰਹਿਣ ਦੀ ਉਹ ਸਾਰਾ ਕੁਛ ਸਾਨੂੰ ਉੱਥੇ ਲਿਜਾ ਕੇ ਦੱਸਣਾ ਪਊਗਾ ਇਹਦੇ ਨਾਲ ਵੀ ਬਹੁਤ ਫਾਇਦਾ ਹੋ ਜਾਂਦਾ ਤੁਸੀਂ ਇੱਕ ਗੱਲ ਦੱਸ ਦਿਓ ਬਾਹਰ ਜਾ ਕੇ ਇਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਕਿਉਂਕਿ ਮੈਂ ਸਮਝਦਾ ਕਿ ਸਾਡਾ ਇੰਪੈਕਟ ਇਸ ਇਹਨਾਂ ਲੋਕਾਂ ਦਾ ਇਹ ਇੱਕ ਬੰਦਾ ਨਹੀਂ ਇਹ ਲੱਖਾਂ ਦੇ ਬਰਾਬਰ ਹੈ ਹਰ ਇੱਕ ਬੰਦੇ ਨੂੰ ਦੇਖ ਕੇ ਲੋਕ ਹੈ ਜਿਹੜੇ ਉਹ ਜੋ ਰਹੇ ਆ ਮੈਂ ਆਸ ਕਰਦਾ ਕਿ ਜਿਹੜੇ ਵੀ ਲੋਕ ਉਹ ਆਪਣੀਆਂ ਉਹਨਾਂ ਥਾਵਾਂ ਤੋਂ ਆਏ ਨੇ ਆਪਣੀ ਜੜ੍ਹਾਂ ਨਾਲ ਜੁੜੇ ਆ ਹੋਰ ਕੁਛ ਕਰਨਾ ਚਾਹੁੰਦੇ ਆ ਜ਼ਰੂਰ ਇੱਥੋਂ ਜਿੰਨਾ ਤੁਸੀਂ ਦੇ ਸਕਦੇ ਹੋ ਉਹਨਾਂ ਇਕੋਨਮੀਆਂ ਨੂੰ ਅਲਟੀਮੇਟਲੀ ਕਿ ਜਿਹੜੀ ਸਾਰਿਆਂ ਤੋਂ ਵਧੀਆ ਸਪੀਸੀ ਹੈ ਹਿਊਮਨ ਤੋਂ ਵਧੀਆ ਕੋਈ ਚੀਜ਼ ਨਹੀਂ
सब तो रिफाइंड स्पीसी है। तो असी जिहड़ा असी कहते हैं कि जी ठग ने जी वह करते जी फलान करते मनुख यह जानी मनुख की हिस्ट्री है जी वो जो देखो कि कि कुछ वधिया करता है। कई थाव से सू इस तरह मेरे हिस्ट्री तो कि बंदे मल दूजे देकर आप भुख न मरे ने। एक नौजवान की डैथ हो जाने को खाण पे वो खाते नहीं इस दे बंदे भुख न ही मर जाते हैं जी नहीं करता। बहुत सारिया साढ़े को चीज़ें इनिया पे साड़ा इतिहास है जरा भरया पे चंगी चीज़ों का। तुम 100-200-300 साल का इतिहास कैपिटलिज्म का छोड़ो बाकी दे जो तुम जाओगे सू मनुख एक रिफाइंड स्पीसी है। मनुख न किसी बंदे का कम करके बहुत आनंद आता। मनुख सब तो वधिया आनंद उदो लैंदा जदों वह किसी वास्ते कुछ करता। यह मनुख की स्पीसी रिफाइंड स्पीसी इस करके कहना। पर सानू आले दुआले ने यहोजा बनाता असी आले दुआले चो ए लगन लग गया कि मतलब मार्केट इकोनमी ने बनाता। मार्केट इकोनमी की लाइफ बहुत ही लंबी नहीं लोग हूँ ही तंग हो गए। पूरी दुनिया का कैपिटलिज्म अच्छ क्राइसिस के असी गल सामने घर गल करते कि पूरा अमेरिका पूरा यूरोप क्राइसिस के मार्केट इकोनमी क्राइसिस के साढ़े को आइंस्टाइन वर्गे जो बड़े बड़े साइंसदान ने उन्होंने कहा कि यह स्टेबल सिस्टम नहीं सिस्टम भावें सारी चलो वेरिएबल होंगे पर यदि लाइफ सब तो छोटी है सब तो थोड़े से साल ही यह इन्ना डोल गया बाकी लखा लखा साल चलते रहने। तो असी ये इस मार्केट इकोनमी किमें तुसीं प्रो फार्मर प्रो पीपल जिहड़ा प्रो सोसाइटी असी बना दीए सारे मनुख जिहड़े एक दूजे की हैल्प कर इस तरह सिस्टम आराम नाल बन सकता है। साढ़े कोल स्किल है साढ़े कोल चीज़ा ने ते असी खेती तो शुरू करिए। तो इन्ह शब्दों असी एक बार आप गल बंद कर जे किसी बंद का कोई क्वेश्चन हो स्पेसिफिक वो क्वेश्चन असी एड्रैस करांगे।